ਹੁਣ ਕੋਈ ਪ੍ਰੈਸ਼ਰ ਤਾਂ ਨਹੀਂ ਤੁਹਾਡੇ ਤੇ, ਜਿਵੇਂ ਅਕਸਰ ਇਹ ਗੱਲ ਉੱਠਦੀ ਹੈ ਵੀ ਰਾਜਾ ਵੜਿੰਗ ਤੇ ਪ੍ਰੈਸ਼ਰ ਬਣਾ ਰਹਿੰਦਾ ਸਰਕਾਰ ਦਾ ਜਾਂ ਕੁਛ ਏਦਾਂ? ਪ੍ਰੈਸ਼ਰ ਕਦੇ ਰਤਨ ਚੱਲਿਆ ਹੀ ਨਹੀਂ। ਅਮ੍ਰਿਤਾ ਵੜਿੰਗ ਜੀ ਹੋਣਗੇ ਫਿਰ ਉਮੀਦਵਾਰ ਕਾਂਗਰਸ ਦੇ? ਲੜਾਂਗੇ ਧੜੱਲੇ ਦੇ ਨਾਲ, ਕੋਈ ਐਸੀ ਗੱਲ ਨਹੀਂ। ਪੱਤਰਕਾਰ ਕੁਛ ਕੁ ਨਸ਼ਾ ਤਸਕਰਾਂ ਦੇ ਨਾਮ ਲਿਖ ਕੇ ਮੁੱਖ ਮੰਤਰੀ ਨੂੰ ਦੇਣ ਜਾਂਦਾ, ਉਹਨੂੰ ਡਿਟੇਨ ਕਰ ਲਿਆ ਜਾਂਦਾ ਹੈਗਾ, ਉਸ ਸਮੱਸਿਆ ਨੂੰ ਲੈ ਕੇ ਰਾਜਾ ਵੜਿੰਗ ਲਗਾਤਾਰ ਕੀ ਬੋਲ ਰਿਹਾ ਜੀ? ਇਮਾਨਦਾਰੀ ਨਾਲ ਜੇ ਇਹਦਾ ਆਂਸਰ ਦਿਓ। ਸ਼ਾਇਦ ਵਿਰੋਧੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕੀ ਕਰਨਾ ਚਾਹੀਦਾ? ਤੁਸੀਂ ਬਾਤ ਚੱਕ ਰਹੇ ਹੋ, ਸਾਡਾ ਤਾਂ ਸਵਾਲ ਇੰਨਾ ਹੀ। ਜਦੋਂ ਦਾ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ, ਉਦੋਂ ਦੀ ਇੱਕ ਇਹ ਜਿਹੜੀ ਪਰਸੈਪਸ਼ਨ ਕ੍ਰੀਏਟ ਹੋ ਗਈ ਵੀ ਜਿਹੜੀ ਵਿਰੋਧੀ ਧਿਰ ਆ, ਵਿਰੋਧੀ ਧਿਰ ਦਾ ਜਿਹੜਾ ਰੋਲ ਆ, ਬਹੁਤ ਸਾਰੇ ਐਕਟਿਵਿਸਟ ਜਾਂ ਬਹੁਤ ਸਾਰੇ ਹੋਰ ਬੰਦੇ ਨਿਭਾ ਰਹੇ ਆ, ਉਹੋ ਜਿਹਾ ਰੋਲ ਕਾਂਗਰਸ ਨਹੀਂ ਨਿਭਾ ਰਹੀ। ਹਰਾ ਪੈਨ ਫੜਾ ਕੇ ਗਏ ਮੁੱਖ ਮੰਤਰੀ ਸਾਹਿਬ ਤੁਹਾਡੇ ਹਲਕੇ 'ਚ ਆਏ ਸੀ, ਕਹਿੰਦੇ ਵੱਡਾ ਹਰਾ ਪੈਨ ਦੇਵਾਂਗਾ ਡੈਪੀ ਢਿੱਲੋਂ ਨੂੰ। ਮੈਨੂੰ ਲੱਗਦਾ ਵੀ ਟਰਾਂਸਪੋਰਟ ਮੰਤਰੀ ਜੇ ਬਣ ਗਏ ਕੋਈ ਹੋਰ, ਜਲੰਧਰ ਜਾਂਦੇ ਹਰਾ ਪਿੰਡ ਦੇ ਆਉਂਦੇ, ਚਾਰੇ ਲੋਕ ਵਿਧਾਨ ਸਭਾ ਜਾਣਗੇ ਉੱਥੇ ਹਰਾ ਪਿੰਡ ਫੜਾ ਹੋਣਗੇ, ਕਿ ਪੈਨ ਇਹਨਾਂ ਕੋਲ ਇੰਨੇ ਥੋਕ 'ਚ ਰੱਖੇ ਪਏ ਹੈ ਕਿ ਜਿਹੜੇ ਚਾਰ ਹੋਰ ਹੈ ਜਿਹੜੇ ਲਾਉਣਗੇ, ਅਲਟੀਮੇਟਲੀ ਕਿਹਨੂੰ ਲਾਉਣਗੇ ਇਹ ਵੀ ਤਾਂ ਦੱਸਣ। ਆਮ ਆਦਮੀ ਪਾਰਟੀ ਦੁਆਰੇ ਰਿਪੀਟ ਕਰ ਸਕਦੀ ਹੋ ਕਿ ਜਮਾਂ ਹੀ ਕਾਂਗਰਸ ਦੀ ਸਰਕਾਰ ਆ ਸਕਦੀ ਹੈ? ਜੇ ਮੈਂ ਤੁਹਾਨੂੰ ਪੁੱਛ ਲਾਂ, ਤੁਸੀਂ ਕਹੋਗੇ ਹਾਂ ਯਾਰ ਆ ਸਕਦੀ। ਅਸੀਂ ਨਹੀਂ ਆਏਗਾ ਜੀ। ਕੌਣ ਕਿਹਦੀ ਆਊਗੀ ਦੱਸੋ? ਅਸੀਂ ਤਾਂ ਇਹ ਕਹਿਣਾ ਹੈ ਵੀ ਜੇ ਕਾਂਗਰਸ ਇੱਕ ਮੁੱਠੀ ਦੀ ਸਰਕਾਰ ਬਣੂਗੀ ਕਹਿੰਦੇ। ਮੁਕਤਸਰ ਦਾ ਕੋਈ ਅਕਾਲੀ ਲੀਡਰ ਤੁਹਾਡੇ ਸੰਪਰਕ ਚ ਹੈ? ਇਹ ਬੜਾ ਰੌਲਾ ਜਿਹਾ ਚੱਲਿਆ ਵੀ। ਤੁਹਾਨੂੰ ਕਿਉਂ ਦੱਸਾਂ? ਇੰਟਰਸਟਿੰਗ ਮੈਚ ਰਾਜਾ ਵੜਿੰਗ ਕਦੇ ਛੱਡ ਕੇ ਨਹੀਂ ਜਾਂਦਾ। ਆਮ ਮੈਚ ਤਾਂ ਨਹੀਂ ਮੈਂ ਖੇਡਦਾ ਹੁਣ, ਪਰ ਇੰਟਰਸਟਿੰਗ ਜੇ ਮੈਚ ਹੋਣ, ਫਸਵੇਂ ਮੁਕਾਬਲੇ ਜਿੱਥੇ ਹੁੰਦੇ ਆ ਜਿਹਨੂੰ ਕਿਹਾ ਜਾਂਦਾ, ਉਹ ਕਦੇ ਨਹੀਂ ਛੱਡਦਾ। ਸਤਿ ਸ਼੍ਰੀ ਅਕਾਲ ਜੀ। ਕੁਝ ਵੱਖਰਾ ਸੁਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਸਿਆਸੀ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਹਾਲਾਂਕਿ ਹਜੇ ਜ਼ਿਮਨੀ ਚੋਣ ਦਾ ਐਲਾਨ ਨਹੀਂ ਹੋਇਆ, ਪਰ ਐਲਾਨ ਤੋਂ ਪਹਿਲਾਂ ਹੀ ਪਟਾਕੇ ਪੈਣੇ ਸ਼ੁਰੂ ਹੋ ਗਏ ਆ। ਪੰਜਾਬ ਦੀ ਸਭ ਤੋਂ ਹੌਟ ਸੀਟ ਗਿੱਦੜ ਬਹਾ, ਗਿੱਦੜ ਵਹੇ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ, ਅਤੇ ਗਿੱਦੜ ਵਹੇ ਦੇ ਵੱਡੇ ਚਿਹਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਨਾਲ ਨੇ, ਹੱਸ ਵੀ ਰਹੇ ਨੇ। ਰਾਜਾ ਜੀ ਕਿਵੇਂ, ਠੀਕ ਠਾਕ ਹੋ? ਬਿਲਕੁਲ ਰਤਨ ਜੀ, ਤੁਸੀਂ ਦੱਸੋ ਠੀਕ ਠਾਕ ਹੋ? ਵਧੀਆ ਜੀ, ਠੀਕ ਆ। ਹੁਣ ਕੋਈ ਪ੍ਰੈਸ਼ਰ ਤਾਂ ਨਹੀਂ ਤੁਹਾਡੇ ਤੇ, ਜਿਵੇਂ ਅਕਸਰ ਇਹ ਗੱਲ ਉੱਠਦੀ ਹੈ ਵੀ ਰਾਜਾ ਵੜਿੰਗ ਤੇ ਪ੍ਰੈਸ਼ਰ ਬਣਾ ਰਹਿੰਦਾ ਸਰਕਾਰ ਦਾ ਜਾਂ ਕੁਛ ਏਦਾਂ? ਪ੍ਰੈਸ਼ਰ ਇਹ ਤਾਂ ਪਤਾ ਨਹੀਂ, ਇਹ ਤਾਂ ਜਨਤਾ ਆਪਣੇ ਆਪਣੇ ਆਕਾਸਰੇ ਔਰ ਮੀਡੀਆ ਔਰ ਮੈਨੂੰ ਪਿਆਰ ਕਰਨ ਵਾਲੇ ਲੋਕ ਆਪਣੇ ਆਪਣੇ ਆਕਾਸਰੇ ਲਾ ਲੈਂਦੇ ਹੈ, ਬਟ ਪ੍ਰੈਸ਼ਰ ਤਾਂ ਕਦੇ ਰਤਨ ਚੱਲਿਆ ਹੀ ਨਹੀਂ ਗਾ, ਕਿਉਂਕਿ ਬਚਪਨ 'ਚ ਹੀ ਬਹੁਤ ਸਾਰਾ ਪ੍ਰੈਸ਼ਰ ਪੈ ਗਿਆ ਸੀ। ਸੋ ਉਸ ਤੋਂ ਬਾਅਦ ਉਹ ਪ੍ਰੈਸ਼ਰ ਆਟੋਮੈਟਿਕਲੀ ਰਿਲੀਜ਼ ਹੋ ਜਾਂਦਾ। ਸੋ ਕੋਈ ਬਹੁਤੇ ਮਨ 'ਤੇ ਬੋਝ ਨਹੀਂ, ਜਿਨ੍ਹਾਂ ਨੇ ਬਹੁਤ ਸੰਘਰਸ਼ 'ਚੋਂ ਜਦੋਂ ਬੰਦਾ ਨਿਕਲ ਕੇ ਆਉਂਦਾ ਹੈ ਤਾਂ ਫਿਰ ਛੋਟੇ ਮੋਟੇ ਪ੍ਰੈਸ਼ਰ ਕੋਈ ਕੰਮ ਨਹੀਂ ਕਰਦੇ ਹੈ, ਪਰ ਕੋਈ ਨਹੀਂ, ਵਾਹਿਗੁਰੂ ਜੀ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ। ਹੁਣ ਗਿੱਦੜ ਬਾਹਤ ਹੀ ਆਏ ਨੇ ਅਮ੍ਰਿਤਾ ਵੜਿੰਗ ਜੀ, ਹੋਣਗੇ ਫਿਰ ਉਮੀਦਵਾਰ ਕਾਂਗਰਸ ਦੇ? ਦੇਖੋ ਰਤਨ, ਇਹਦੇ ਬਾਰੇ ਵੀ ਫੈਸਲਾ ਕਾਂਗਰਸ ਕਮੇਟੀ ਨੇ ਕਰਨਾ ਹੈ। ਅਸੀਂ ਆਪਣੇ ਜਿਹੜੇ ਵਿਊਜ਼ ਹੈ ਉਹ ਦੇ ਦਈਦੇ ਹੈ ਆਲ ਇੰਡੀਆ ਕਾਂਗਰਸ ਕਮੇਟੀ ਨੂੰ। ਅੰਤਿਮ ਫੈਸਲਾ ਮਲਿਕਾਰਜੁਨ ਖੜਗੇ ਸਾਡੇ ਪ੍ਰਧਾਨ ਸਾਹਿਬ ਔਰ ਰਾਹੁਲ ਗਾਂਧੀ ਜੀ ਨੇ ਕਰਨਾ ਹੁੰਦਾ।
ਸੋ ਜੋ ਉਹਨਾਂ ਦਾ ਫੈਸਲਾ ਹੋਏਗਾ ਸਿਰ ਮੱਥੇ ਜੀ, ਪਰ ਲੜਾਂਗੇ ਧੜੱਲੇ ਦੇ ਨਾਲ, ਕੋਈ ਐਸੀ ਗੱਲ ਨਹੀਂ। ਜਿਹੜੀ ਆਮ ਇੱਕ ਚਰਚਾ ਚੱਲ ਰਹੀ ਹੈ ਵੀ ਕੋਈ ਕਮਜ਼ੋਰ ਜਾਂ ਕੈਂਡੀਡੇਟ ਵੀ ਆ ਸਕਦਾ ਗਿੱਦੜ ਵਿਓਂ, ਇਹ ਚਰਚਾ ਕਿਵੇਂ ਹੋਊਗੀ, ਕਿੱਥੋਂ ਆਊਗੀ? ਦੇਖੋ, ਚਰਚਾਵਾਂ ਤਾਂ ਹਮੇਸ਼ਾ ਚੱਲਦੀਆਂ ਰਹਿੰਦੀਆਂ। ਕਦੇ ਚਰਚਾ ਪਹਿਲਾਂ ਫਿਰੋਜ਼ਪੁਰ ਦੀ ਚੱਲੀ, ਪਹਿਲਾਂ ਬਠਿੰਡੇ ਦੀ ਚੱਲੀ, ਫਿਰ ਲੁਧਿਆਣੇ ਦੀ। ਹਰ ਮਹੀਨੇ ਦੋ ਮਹੀਨਿਆਂ ਬਾਅਦ ਨਵੀਂ ਕੋਈ ਚਰਚਾ ਚੱਲ ਪੈਂਦੀ ਹੈ। ਸੋ ਆਪਣੇ ਆਪ ਜਦੋਂ ਚਰਚਾ ਬੰਦ ਹੋ ਜਾਂਦੀਆਂ, ਜਦੋਂ ਕਿਉਂ ਦੇਵਾਂਗੇ ਕਮਜ਼ੋਰ ਕੈਂਡੀਡੇਟ? ਅਲਟੀਮੇਟਲੀ ਹਰ ਪਾਰਟੀ ਚੁਣਾਵ ਜਿੱਤਣਾ ਚਾਹੁੰਦੀ ਹੈ ਜੀ। ਹਰ ਪਾਰਟੀ ਹੀ ਆਪਦੇ ਵੱਲੋਂ ਇੱਕ ਤਕੜਾ ਉਮੀਦਵਾਰ ਦਿੰਦੀ ਹੈ, ਲੇਕਿਨ ਉਹ ਕਿੰਨਾ ਕੁ ਤਕੜਾ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹ ਫਿਰ ਲੋਕ ਫੈਸਲਾ ਕਰਦੇ ਆ। ਮੈਨੂੰ ਦੱਸੋ, ਅੱਜ ਕੋਈ ਐਸੀ ਪਾਰਟੀ ਹੈ ਕਿ ਜਿਹੜੀ ਕਮਜ਼ੋਰ ਕੈਂਡੀਡੇਟ ਦੇ, ਜਿਹੜੀ ਕਮਜ਼ੋਰ ਕੈਂਡੀਡੇਟ ਦੇਊਗੀ ਉਹਦਾ ਨੁਕਸਾਨ ਹੋਏਗਾ? ਸੋ ਹਰ ਬੰਦਾ, ਹਰ ਪਾਰਟੀ ਮੈਨੂੰ ਲੱਗਦਾ ਹਮੇਸ਼ਾ ਤਕੜਾ ਕੈਂਡੀਡੇਟ ਦੇਣ ਦੀ ਕੋਸ਼ਿਸ਼ ਕਰਦੀ ਹੈ, ਬਟ ਉਹਨੂੰ ਜਨਤਾ ਕਮਜ਼ੋਰ ਕਰ ਦਿੰਦੀ ਹੈ ਜਾਂ ਤਕੜਾ ਕਰ ਦਿੰਦੀ ਹੈ। ਪਰ ਜਦੋਂ ਦਾ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ, ਉਦੋਂ ਦੀ ਇੱਕ ਇਹ ਜਿਹੜੀ ਪਰਸੈਪਸ਼ਨ ਕ੍ਰੀਏਟ ਹੋ ਗਈ ਵੀ ਜਿਹੜੀ ਵਿਰੋਧੀ ਧਿਰ ਆ, ਵਿਰੋਧੀ ਧਿਰ ਦਾ ਜਿਹੜਾ ਰੋਲ ਆ, ਬਹੁਤ ਸਾਰੇ ਐਕਟਿਵਿਸਟ ਜਾਂ ਬਹੁਤ ਸਾਰੇ ਹੋਰ ਬੰਦੇ ਨਿਭਾ ਰਹੇ ਆ, ਉਹੋ ਜਿਹਾ ਰੋਲ ਕਾਂਗਰਸ ਨਹੀਂ ਨਿਭਾ ਰਹੀ। ਕਿਹੜਾ ਰੋਲ ਹੈ, ਮੈਂ ਤੁਹਾਨੂੰ ਅੱਜ ਪੁੱਛਣਾ ਚਾਹੁੰਦਾ ਹਾਂ। ਇੱਕ ਤਾਂ ਗੱਲ ਕਰਦੇ ਨਹੀਂ ਕਿ ਵਿਰੋਧੀ ਧਿਰ ਆਪਣਾ ਰੋਲ ਅਦਾ ਨਹੀਂ ਕਰਦੀ ਜੀ। ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਦੱਸੋ ਮੈਨੂੰ ਕਿਹੜਾ ਰੋਲ ਹੈ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ ਜਿਹੜਾ ਵਿਰੋਧੀ ਧਿਰ ਵਾਲਿਆਂ ਨੇ ਅਦਾ ਨਹੀਂ ਕੀਤਾ? ਆਈ ਜਸਟ ਵਾਂਟ ਟੂ ਆਸਕ ਯੂ ਦਿਸ ਕੁਐਸਚਨ। ਇਹ ਗੱਲ ਕਹਿਣ ਨੂੰ ਰਤਨ ਬਣਾ ਦਿੰਦੇ ਆ ਲੋਕ ਕਿ ਅਲਟੀਮੇਟਲੀ ਯੂ ਟੈਲ ਮੀ, ਹੁਣ ਕੱਲ੍ਹ ਨੂੰ ਇਹਨਾਂ ਨੇ ਬਿਜਲੀ ਮਹਿੰਗੀ ਕਰਤੀ ਜੀ, 3 ਰੁਪਏ ਸਬਸਿਡੀ ਚੱਕਤੀ ਅਸੀਂ 7 ਕਿਲੋ ਵਾਟ ਵਾਲਿਆਂ ਦੇ, ਰਾਈਟ? ਅਸੀਂ ਹੁਣ ਉਹਦਾ ਜਗ੍ਹਾ ਜਗ੍ਹਾ 'ਤੇ ਮੈਂ ਸਭ ਨੂੰ ਅਪੀਲ ਕੀਤੀ ਹੈ ਕਿ ਇਹ ਸਰਕਾਰ ਦੇ ਪੁਤਲੇ ਵੀ ਫੂਕੋ ਅਤੇ ਇੱਕ ਮੈਮੋਰੈਂਡਮ ਦਿਓ। ਆਫਟਰ ਦੈਟ ਅਸੀਂ ਇੱਕ ਵੱਡਾ ਅੰਦੋਲਨ ਇਹਦੇ ਖਿਲਾਫ਼ ਕਰਾਂਗੇ ਜੀ। ਇਵੇਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਤੀਆਂ ਨੇ ਜੀ। ਸੋ ਤੁਹਾਨੂੰ ਜਿੱਥੇ ਲੱਗਦਾ ਕਿ ਅਸੀਂ ਰੋਲ ਅਦਾ ਨਹੀਂ ਕਰ ਰਹੇ ਜੀ, ਉਹ ਦੱਸੋ ਸਾਨੂੰ। ਹੋ ਸਕਦਾ ਨਾ ਕਰ ਰਹੇ ਹੋਈਏ ਤਾਂ ਉਹ ਅਸੀਂ ਕਰਾਂਗੇ, ਲੇਕਿਨ ਐਵੇਂ ਕਹਿਣ ਨੂੰ ਇੱਕ ਵਿਚਾਰ ਬਣਾ ਦਿੱਤਾ ਜਾਂਦਾ ਆਪਣੇ ਆਪ ਹੀ। ਜਿਵੇਂ ਬਹੁਤ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਛੋਟੀਆਂ ਮੰਡੀਆਂ ਗੀਆਂ, ਖਾਸ ਕਰਕੇ ਰਾਮਪੁਰਾ ਫੂਲ ਦੀ ਗੱਲ ਕਰ ਲਈਏ, ਮੌੜ ਦੀ ਗੱਲ ਕਰ ਲਈਏ, ਬਹੁਤ ਸਾਰਾ ਜਦੋਂ ਅਸੀਂ ਸੰਗਰੂਰ ਤੋਂ ਇੱਧਰਲੇ ਪਾਸੇ ਆਉਂਦੇ ਹਾਂ, ਉੱਥੇ ਜਿੰਨੇ ਵਿਰੋਧੀ ਧਿਰ ਦੇ ਲੀਡਰ ਉਹੋ ਜਿਹੇ ਹਿਸਾਬ ਨਾਲ ਪ੍ਰਚਾਰ ਨਹੀਂ ਕਰਦੇ, ਕਿਉਂਕਿ ਸੀਵਰੇਜ ਦੀ ਸਮੱਸਿਆ ਹਰ ਇੱਕ ਛੋਟੀ ਤੋਂ ਛੋਟੀ ਮੰਡੀ ਦੇ ਵਿੱਚ, ਜਾਂ ਜਿਹੜੇ ਪਿੰਡ ਦੇ ਵਿੱਚ ਵੀ ਸੀਵਰੇਜ ਪਿਆ ਉੱਥੇ ਬਹੁਤ ਵੱਡੀ ਸਮੱਸਿਆ, ਜਾਂ ਛੱਪੜਾਂ ਦੀ ਸਮੱਸਿਆ ਵੀ ਉੱਥੇ ਲੋਕਲ ਲੈਵਲ 'ਤੇ। ਸੋ ਮੈਂ ਤੁਹਾਨੂੰ ਪੁੱਛਣਾ ਵੀ ਉਹ ਕਿੱਦਾਂ ਕਰਨਾ ਚਾਹੀਦਾ ਹੈ? ਸੋ ਮਾਈਟ ਵੀ ਸਾਨੂੰ ਢੰਗ ਨਾ ਹੋਵੇ ਹੁਣ ਅਲਟੀਮੇਟਲੀ ਰਤਨ, ਪੰਜਾਬ ਇੱਕ ਧਰਨਿਆਂ ਦਾ ਪੰਜਾਬ ਬਣ ਗਿਆ। ਮੇਰੀ ਥੋੜ੍ਹੀ ਜਿਹੀ ਮੈਂ ਡਿਫਰ ਕਰਦਾ, ਧਰਨਾ ਤਾਂ ਅਸੀਂ ਵੀ ਲਾਉਂਦੇ ਹਾਂ ਜੀ, ਕਿਸਾਨ ਯੂਨੀਅਨ ਦਾ ਨਿਰੰਤਰ ਧਰਨਾ ਹੈ, ਬਹੁਤ ਸਾਰੀਆਂ ਜਥੇਬੰਦੀਆਂ ਦਾ ਨਿਰੰਤਰ ਧਰਨਾ ਹੈ, ਐਂਡ ਕਈ ਵਾਰੀ ਲੋਕ ਪਰੇਸ਼ਾਨ ਵੀ ਹੁੰਦੇ ਧਰਨਾ ਅੰਦੋਲਨਕਾਰੀਆਂ ਤੋਂ। ਸ਼ਹਿਰ ਦੇ ਵਿੱਚ ਵੀ ਤੁਸੀਂ ਧਰਨਾ ਜਦੋਂ ਲਾਉਣਾ ਹੈ ਤਾਂ ਦੁਕਾਨਾਂ ਬੰਦ ਕਰਨੀਆਂ, ਕਈਆਂ ਨੂੰ ਲੱਗਦਾ ਸਾਡਾ ਕਾਰੋਬਾਰ ਸਫ਼ਰ ਕਰਤਾ, ਕਈਆਂ ਨੂੰ ਲੱਗਦਾ ਵੀ ਸਾਡਾ ਇੱਥੇ ਲੱਗ। ਹਾਂ, ਜਿਹੜੀ ਤੁਸੀਂ ਗੱਲ ਕਰਦੇ ਹੋ, ਹਰ ਮੰਡੀ ਦੀ ਇੱਕ ਪ੍ਰੋਬਲਮ ਹੈਗੀ ਆ, ਸੀਵਰੇਜ ਜਿਹੜਾ ਸਿਸਟਮ ਹੈਗਾ ਪੰਜਾਬ ਦਾ, ਇਹਨੂੰ ਇਹ ਬਹੁਤ ਪੁਰਾਣਾ ਸਿਸਟਮ ਹੈ, ਬਹੁਤ ਸਾਰੇ ਲੋਕਾਂ ਨੂੰ ਇਸ ਸੀਵਰੇਜ ਸਿਸਟਮ ਦੀ ਅਵੇਅਰਨੈਸ ਨਹੀਂ ਜੀ। ਬਹੁਤ ਸਾਰੇ ਲੋਕ ਇਹਦੇ 'ਚ ਉਹ ਚੀਜ਼ਾਂ ਫਸਾ ਦਿੰਦੇ ਆ ਜਿਹੜੀਆਂ ਕਿ ਨਾ ਪਾਉਣੀਆਂ ਹੋਣ ਜੀ। ਅਲਟੀਮੇਟਲੀ ਸੱਚ ਗੱਲ ਕਰਨੀ ਚਾਹੀਦੀ ਹੈ, ਨੋਟ ਆਲਵੇਜ ਕੰਡੈਮ ਕਿਸੇ ਪਾਰਟੀ ਨੂੰ ਕੰਡੈਮ ਕਰਨਾ। ਇਹ ਸੀਵਰੇਜ ਦੀ ਸਮੱਸਿਆ ਸਾਡੇ ਵੇਲੇ ਵੀ ਸੀ, ਪਰ ਸਾਡੇ ਵੇਲੇ ਏਦਾਂ ਸੜਕਾਂ 'ਤੇ ਪਾਣੀ ਨਹੀਂ ਫਿਰਦਾ ਸੀ, ਅਕਾਲੀ ਦਲ ਵੇਲੇ ਵੀ ਸੀ ਜੀ। ਅਲਟੀਮੇਟਲੀ ਪੁਰਾਣੇ ਸ਼ਹਿਰ ਹੈ,
ਪੁਰਾਣੀਆਂ ਆਬਾਦੀਆਂ, ਛੋਟੇ ਸ਼ਹਿਰ ਵੱਡੇ ਹੋ ਗਏ, ਸੀਵਰੇਜ ਉਦੋਂ ਉਸ ਨਾਲ ਨਹੀਂ ਦਿਮਾਗ ਨਾਲ ਪਾਇਆ ਗਿਆ ਕਿ ਇੱਥੇ ਇੰਨੀ ਆਬਾਦੀ ਹੋਣ ਵਾਲੀ ਹੈ। ਈਵਨ ਅਮੈਰੀਕਾ ਕੈਨੇਡਾ ਦੇ ਵਾਂਗੂ ਇਹ ਤਾਂ ਨਹੀਂ ਹੈ ਵੀ ਸੀਵਰੇਜ ਇੰਨਾ ਪਾਣੀ ਚੱਲੇਗਾ ਤੇ ਇੱਥੇ ਇੰਨੇ ਲੋਕਾਂ ਨੂੰ ਘਰ ਬਣਾਉਣ ਦੀ ਇਜਾਜ਼ਤ ਦਿੱਤੀ ਜਾਏਗੀ। ਉਹ ਸਾਡੇ ਉਹ ਹੈ ਹੀ ਨਹੀਂ, ਕੋਈ ਸਿਸਟਮ ਹੀ ਨਹੀਂ ਹੈ। ਹੁਣ ਫੋਰ ਐਗਜ਼ਾਮਪਲ ਗਿੱਦੜਬਾਹ ਹੈ, ਉਹਦੇ ਚ ਹੁਣ ਪਹਿਲਾਂ ਇੰਨੇ ਲੋਕਾਂ ਵਾਸਤੇ ਸੀਗਾ, ਹੁਣ ਨਾ ਇਟਸ ਅ ਬਿਗ ਸਿਟੀ। ਪਰ ਸਰਕਾਰਾਂ ਇਹ ਪ੍ਰੋਬਲਮ ਕਿੱਥੇ ਹੈ ਉਹਦੇ ਵਿੱਚ? ਫਿਰ ਗੋਆ ਵੀ ਜਾਂਦਾ, ਫਲਾਂ ਵੀ ਜਾਂਦਾ, ਸਰਕਾਰਾਂ ਦੀ ਕੀ ਦਿੱਕਤ ਹੈ? ਜਿਹੜੀ ਹੋਣ ਵਾਲੀ ਸਰਕਾਰ ਹੈ ਬੇਸਿਕਲੀ, ਇਹ ਡੀਸਿਲਟਿੰਗ ਅਸੀਂ ਬਾਰਿਸ਼ਾਂ ਦੇ ਮੌਸਮ 'ਚ ਕਰਦੇ ਸੀਗੇ। ਪੁਰਾਣੀ ਸਰਕਾਰ ਅਸੀਂ ਉਹਨਾਂ ਪੁਰਾਣੇ ਸਿਸਟਮਾਂ ਨੂੰ ਟੱਚ ਟੱਚ ਕਰਕੇ ਉਹ ਵਿੱਚੋਂ ਡੀਸਿਲਟਿੰਗ ਗੰਦ ਗੁੰਦ ਕੱਢ ਦਿੰਦੇ ਸੀ, ਸਫਾਈ ਕਰ ਦਿੰਦੇ ਸੀ, ਇਹਦੇ ਨਾਲ ਫਿਰ ਉਹ ਚੱਲੀ ਜਾਂਦਾ ਸੀ ਸਾਲ। ਹੁਣ ਬਾਰਿਸ਼ਾਂ ਦੇ ਮੌਕੇ ਉਹ ਸਿਲਟ ਜੰਮ ਜਾਂਦੀ ਹੈ, ਪਾਣੀ ਦਾ ਜਿਹੜਾ ਡਾਇਆ ਇੰਨਾ ਹੁੰਦਾ ਲੰਘਣ ਦਾ, ਉਹ ਇੰਨਾ ਕੁ ਰਹਿ ਜਾਂਦਾ। ਉਹ ਇਸ ਸਰਕਾਰ ਨੇ ਕੀਤਾ ਨਹੀਂ, ਬਿਕੋਜ਼ ਇਹ ਨਵੀਂ ਸਰਕਾਰ ਹੈ, ਇਹਨੂੰ ਬਿਲਕੁਲ ਕੁਝ ਪਤਾ ਹੀ ਨਹੀਂ ਗਾ ਕਿ ਕਿੱਦਾਂ ਕੰਮ ਲੈਣੇ ਹੈ। ਐਂਡ ਹਰ ਬਾਜ਼ਾਰ ਦੇ ਵਿੱਚ ਪਾਣੀ ਤੁਰਿਆ ਫਿਰਦਾ। ਜਦੋਂ ਮੈਂ ਥੱਕ ਗਿਆ, ਮੇਰੇ ਘਰ ਦੇ ਬਾਹਰ ਸਭ ਤੋਂ ਉੱਚਾ ਏਰੀਆ ਮੁਕਤਸਰ ਦੇ ਵਿੱਚ ਜਿੱਥੇ ਮੇਰਾ ਘਰ ਹੈ, ਡੇਲੀ ਪਾਣੀ ਬੈਕ ਮਾਰਦਾ। ਮੇਰੀ ਗਲੀ ਦੇ ਵਿੱਚ ਸੀਵਰੇਜ ਦਾ ਪਾਣੀ ਕੰਕਰੀਟ ਦੀ ਜਿਹੜੀ ਸੀਮੈਂਟਡ ਸੜਕ ਉਹਦੇ ਉੱਤੇ ਹੁੰਦਾ। ਮੈਂ ਲੜਦਾ ਆ ਰਿਹਾ ਮਗਰਲੇ ਸਾਲ, ਦੋ ਸਾਲਾਂ ਤੋਂ, ਢਾਈਆਂ ਤੋਂ। ਹੁਣ ਉਹ ਸਕੂਟਰ 'ਤੇ ਇੱਕ ਬੰਦਾ ਬਿਠਾ ਦਿੰਦੇ ਆ ਮੇਰੇ ਬਾਹਰ 'ਚ, ਤੁਹਾਨੂੰ ਦੱਸਾਂ, ਉਧਰੋਂ ਮੋਟਰ ਛੱਡਦੇ ਆ। ਜਦੋਂ ਮੇਰਾ ਓਵਰਫਲੋ ਹੋਣ ਦਾ ਲੱਗਦਾ ਕਿ ਗਾਂਹ ਪਾਣੀ ਭੇਜਣਾ, ਉਦੋਂ ਉਹ ਮੋਟਰ ਬੰਦ ਕਰ ਦਿੰਦੇ। ਸੋ ਬੇਸਿਕਲੀ ਹੁਣ ਉਹ ਠੀਕ ਕਿਵੇਂ ਹੋਣਾ ਹੈ? ਇੱਕ ਪਾਈਪ ਪੈਣੀ ਹੈ ਜਾਂ ਡੀਸਿਲਟਿੰਗ ਹੋਣੀ ਹੈ? ਡੀਸਿਲਟਿੰਗ ਕਿਹਨੇ ਕਰਨੀ ਹੈ? ਸੁਪਰ ਸੱਕਰ ਮਸ਼ੀਨ ਨੇ। ਸੁਪਰ ਸੱਕਰ ਮਸ਼ੀਨ ਸਾਡੇ ਭਾਈ ਸਾਹਿਬਾਂ ਕੋਲ ਹੈ ਨਹੀਂ। ਸਾਡੇ ਜਿਹੜੇ ਭਾਈ ਸਾਹਿਬ ਹੈ, ਜਿਹੜੀ ਸਰਕਾਰ ਬਦਲਾਅ ਦੀ ਆ, ਉਹ 5 ਕਰੋੜ ਰੁਪਇਆ ਮੌੜ ਰੈਲੀ 'ਤੇ ਲਾ ਦਿੰਦੇ ਆ ਸਰਕਾਰ ਦਾ, ਜਿਹਦੇ ਨਾਲ 3 ਸੁਪਰ ਸੱਕਰ ਮਸ਼ੀਨਾਂ ਅਸੀਂ ਖਰੀਦ ਸਕਦੇ, ਜਿਹੜੀ ਜ਼ਿਲ੍ਹੇ 'ਤੇ ਇੱਕ ਦੇ ਦਿੱਤੀ ਜਾ ਸਕਦੀ ਹੈ, ਜਿਹਦਾ ਸਾਨੂੰ ਹੁਣ ਅਸੀਂ ਸੁਪਰ ਸੱਕਰ ਮਸ਼ੀਨ ਲਿਆਉਣੀ ਹੈ। ਅਗਰ ਅਸੀਂ 3 ਕਿਲੋਮੀਟਰ ਜਾਂ 10 ਕਿਲੋਮੀਟਰ ਕਰਾਉਣਾ ਹੈ, ਤਾਂ ਮੇਰਾ ਖਿਆਲ 2 ਕਰੋੜ 1.5 ਕਰੋੜ ਰੁਪਏ ਦਾ ਖਰਚਾ ਹੈ, ਉਹਨੇ ਦੀ ਮਸ਼ੀਨ ਆ ਜਾਂਦੀ ਹੈ। ਉਹ ਵਿਉਂਤਬੰਦੀ ਹੈ ਨਹੀਂ, ਹਾਰ ਕੇ ਥੱਕ ਕੇ PIL ਪਾਈ ਹੈ, ਇੱਕ ਵਕੀਲ ਕੀਤਾ, ਹਾਇਰ ਕੀਤਾ ਹਾਈ ਕੋਰਟ ਦਾ, ਹਾਈ ਕੋਰਟ ਦਾ ਵਕੀਲ ਵੀ ਪੈਸੇ ਲੈਂਦਾ ਹੋਣਾ। ਪਬਲਿਕ ਲਿਟੀਗੇਸ਼ਨ ਪਾਈ ਰਾਜੇ ਵੜਿੰਗ ਨੇ ਮੁਕਤਸਰ ਤੇ ਗਿੱਦੜਬਾਹ ਸ਼ਹਿਰ ਵਾਸੀ ਕਿ ਆਹ ਪਾਣੀ ਤੁਰਿਆ ਫਿਰਦਾ, ਲੋਕਾਂ ਦਾ ਕੀ ਬਣੂਗਾ? ਜੱਜ ਨੂੰ ਜਾ ਕੇ ਇਹਨਾਂ ਦਾ ਵਕੀਲ ਕਹਿੰਦਾ ਕਿ ਮਾਈਟ ਵੀ, ਇਹ ਤਾਂ ਰਾਜਾ ਪੋਲੀਟੀਕਲ ਲਾਹਾ ਲੈਂਦਾ। ਉਹ ਕਹਿੰਦਾ ਪੋਲੀਟੀਕਲ ਲਾਹਾ ਹੋਵੇ ਨਾ ਹੋਵੇ, ਮੈਨੂੰ ਇਹ ਦੱਸੋ ਸੜਕਾਂ 'ਤੇ ਪਾਣੀ ਹੈਗਾ ਕਿ ਨਹੀਂ ਹੈਗਾ, ਆਹ ਫੋਟੋਆਂ ਦਰਜ ਹੈਗੀਆਂ ਕਿ ਨਹੀਂ ਹੈਗੀਆਂ, ਸੀਵਰੇਜ ਨਾਲ ਦੀ ਬਿਮਾਰੀ ਨਾਲ ਲੋਕ ਜੂਝ ਰਹੇ ਹੈ ਕਿ ਨਹੀਂ ਜੂਝ ਰਹੇ। ਸੋ ਜਿਹੜੀ ਲੜਾਈ ਲੜਨ ਦੀ ਲੋੜ ਆ, ਉਹਦੀ ਮੈਂ ਆਲਰੇਡੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਕਦੇ ਦੇਖਿਆ ਕਿ ਸੀਵਰੇਜ ਨੂੰ ਲੈ ਕੇ ਕਿਸੇ ਨੇ ਪਟੀਸ਼ਨ ਪਾਈ ਹੋਵੇ? ਹੁਣ ਗੋਲੀ ਤਾਂ ਮੈਂ ਮਾਰ ਨਹੀਂ ਸਕਦਾ ਜਾ ਕੇ ਕਿਸੇ 'ਤੇ। ਦਿਸ ਇਜ਼ ਦਾ ਓਨਲੀ ਵੇ ਕਿ ਓਪੋਜੀਸ਼ਨ ਲੜਾਈ ਲੜੇ, ਉਵੇਂ ਲੜ ਰਹੇ ਹਾਂ ਰਤਨ। ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨਾਂ 'ਚ ਕਿਹਾ ਵੀ ਇਹਨਾਂ ਐਕਸਪੀਰੀਅੰਸ ਨਾ ਜਾਣਿਓ, 3 ਸਾਲ ਦਾ ਐਕਸਪੀਰੀਅੰਸ ਹੋ ਗਿਆ ਅਤੇ ਪਹਿਲੇ 5 ਮੁੱਖ ਮੰਤਰੀਆਂ 'ਚ ਵੀ ਜਿਹੜੇ ਪੂਰੇ ਐਕਸਪੀਰੀਅੰਸ ਆ, ਜਿਹੋ ਜਿਹਾ ਤੁਸੀਂ ਭਾਸ਼ਣ ਵੀ ਸੁਣਿਆ ਹੋਊਗਾ, ਉਹਨਾਂ ਨੇ ਕੁਛ ਵਿਅੰਗ ਵੀ ਕਸੇ ਆ ਪ੍ਰਤਾਪ ਸਿੰਘ ਬਾਜਵਾ ਨੂੰ, ਲੀਡਰ ਆਫ ਓਪੋਜੀਸ਼ਨ ਨੂੰ। ਦੇਖੋ ਜੀ, ਵਿਅੰਗਾਂ 'ਚ ਤਾਂ ਪੰਜਾਬ ਦੇ ਮੁੱਖ ਮੰਤਰੀ ਮਾਹਿਰ ਨੇ, ਕਿਸੇ 'ਤੇ ਵੀ ਕੋਈ ਵਿਅੰਗ ਵੀ ਕਸ ਦਿੰਦੇ ਨੇ। ਗਿੱਦੜਬਾਹ ਸੀ, ਉਹ ਕਹਿੰਦੇ ਰਾਜੇ ਵੜਿੰਗ ਨੂੰ 10 ਪਿੰਡਾਂ ਦੇ ਨਾਮ ਪੁੱਛ ਲਓ। ਸੋ ਵਿਅੰਗਾਂ 'ਚ ਨਾ ਜਾਂਦੇ ਹੋਏ ਮੈਂ ਤਾਂ ਇਹ ਕਹੂੰਗਾ ਕਿ ਜੋ ਪੰਜਾਬ ਦੇ ਹਾਲਾਤ ਨੇ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ, ਪੰਜਾਬ ਦੀ ਕੈਗ ਦੀ ਰਿਪੋਰਟ ਪੜ੍ਹਨ ਵਾਲੀ ਹੈ, ਇੰਨੇ ਮਾੜੇ ਹਾਲਾਤ ਨੇ ਪੰਜਾਬ ਦੇ, ਪੰਜਾਬ ਦਾ ਐਕਸਪੈਂਡੀਚਰ ਵੱਧ ਗਿਆ, ਪੰਜਾਬ ਮਰ ਜਾਏਗਾ। ਐਵੇਂ ਹੱਸੀ ਜਾਂਦੇ ਹੋ ਤੁਸੀਂ, ਹਸਾਈ ਜਾਂਦੇ ਹੋ, ਜਨਤਾ ਵੀ ਹੱਸੀ ਜਾਂਦੇ ਹੈ। ਜਦੋਂ ਮੈਂ ਕਹਿੰਦਾ ਕਿ ਪੰਜਾਬ 'ਤੇ ਕਰਜ਼ਾ, ਜਨਤਾ ਨੂੰ ਲੱਗਦਾ ਕਿ ਪੰਜਾਬ 'ਤੇ ਕਰਜ਼ਾ, ਪੰਜਾਬ ਅੱਖਰ 'ਤੇ ਕਰਜ਼ਾ ਜਾਂ ਪੰਜਾਬ ਦੀ ਧਰਤੀ 'ਤੇ ਕਰਜ਼ਾ।
ਨਹੀਂ, ਪੰਜਾਬ ਦੇ ਹਰ ਵਿਅਕਤੀ ਤੇ ਕਰਜ਼ਾ ਹੋ ਰਿਹਾ। ਜਦੋਂ ਪੰਜਾਬ ਸਰਕਾਰ ਮੀਨਸ ਰਤਨ ਔਰ ਰਾਜਾ ਵੜਿੰਗ ਵੀ ਉਹ ਸਰਕਾਰ 'ਚ ਹੈ, ਸਭ ਦੇ ਸਮੂਹ ਨਾਲ 3 ਕਰੋੜ ਤੋਂ ਵੱਧ ਦੀ ਜਿਹੜੀ ਆਬਾਦੀ ਹੈ ਉਹ ਸਾਰੀ ਸਰਕਾਰ ਹੈ, ਸਾਡੇ 'ਤੇ ਕਰਜ਼ਾ। ਅੱਜ ਤੁਸੀਂ ਸਾਡੇ ਵਧਾ ਤਾ ਕਿਉਂਕਿ ਤੁਹਾਡਾ ਖਜ਼ਾਨਾ ਖਾਲੀ ਹੈ, ਅੱਜ 1800 ਕਰੋੜ ਰੁਪਏ ਦਾ ਬੋਝ ਪਾਤਾ। ਸੋ ਮੇਰੇ ਕਹਿਣ ਦਾ ਮਤਲਬ ਕੋਈ ਸਕੀਮ ਨਹੀਂ, ਕੋਈ ਫੱਲਾ ਨਹੀਂ, ਤੁਹਾਨੂੰ ਦੱਸਣਾ ਚਾਹੁੰਦਾ ਆਮ ਆਦਮੀ ਪਾਰਟੀ ਦਾ ਕਲੀਨਿਕ ਜੀ, ਸਾਡੇ ਬਾਦੀਆਂ ਪਿੰਡ ਆ ਉੱਥੇ, ਇਹਦਾ ਨਾਮ ਸੀਗਾ ਵੈਲਨੈਸ ਸੈਂਟਰ। ਕੇਂਦਰ ਸਰਕਾਰ ਕਹਿੰਦੀ ਕਿ ਤੁਸੀਂ ਪਿੰਡਾਂ ਦੇ ਵਿੱਚ ਵੈਲਨੈਸ ਸੈਂਟਰ ਬਣਾਓ, ਇਹਨਾਂ ਨੇ ਵੈਲਨੈਸ ਸੈਂਟਰ ਦਾ ਪੈਸਾ ਕ੍ਰੀਏਟ ਕਰਕੇ ਇੱਧਰ ਉੱਧਰ ਉਹ ਆਮ ਆਦਮੀ ਪਾਰਟੀ ਦਾ ਕਲੀਨਿਕ ਬਣਾਤਾ, ਉਹਨਾਂ ਨੇ ਸਾਡੀ ਗ੍ਰਾਂਟ ਬੰਦ ਕਰਤੀ। ਸੋ ਇਹ ਵਿਉਂ ਜਿਹੜੀ ਬਿਨ ਵਿਉਂਤੀ ਸਰਕਾਰ ਹੈਗੀ ਹੈ, ਪੁਲਿਸ ਦਾ ਕੋਈ ਹਾਲ ਨਹੀਂ। ਮੈਂ ਦਿਨ ਦਿਹਾੜੇ ਕਤਲੇਆਮ ਹੋ ਰਿਹਾ, ਲਾਅ ਐਂਡ ਆਰਡਰ ਕੱਲ੍ਹ ਪਰਸੋਂ ਮਰ ਗਏ ਲੋਕ, ਹਾਲਾਂਕਿ ਮੈਂ ਪੰਜਾਬ ਦਾ DGP ਕਾਬਲ ਆਦਮੀ ਸੀਗਾ, ਐਂਡ ਪਤਾ ਨਹੀਂ ਹੁਣ ਕਾਬਲੀਅਤ ਕਿੱਥੇ ਹੈ, ਬਹੁਤ ਕਾਬਲ ਇਨਸਾਨ ਸੀਗਾ। ਹੁਣ ਕਦੇ ਕਦੇ ਲੱਗਦਾ ਕਿ ਪਿੱਠ 'ਤੇ ਉਰੇ ਕੋਈ ਹੱਥ ਨਹੀਂ ਹੈ ਉਹਨਾਂ ਦੇ। ਪੁਲਿਸ ਫੋਰਸ 350 ਬੰਦਾ 400 ਬੰਦੇ ਦੇ ਲਗਭਗ ਪ੍ਰੀ ਮਚਿਓਰ ਰਿਟਾਇਰਮੈਂਟ ਲੈ ਗਿਆ, ਪੁਲਿਸ ਲੱਗਣ ਵਾਸਤੇ ਲੋਕ ਚਾਹਵਣ ਹੁੰਦੇ, ਹੁਣ ਰਿਟਾਇਰਮੈਂਟ ਲੈ ਰਹੇ ਕਿਉਂ? ਉਹਨਾਂ ਨੂੰ ਲੱਗਦਾ ਕਿ ਤੇ ਯਾਰ ਫਸਾ ਹੀ ਨਾ ਦੇਣਾ ਐਵੇਂ ਨਜਾਇਜ਼ ਕਿਸੇ ਨੂੰ, ਉਹਨਾਂ ਨੂੰ ਲੱਗਦਾ ਕਿ ਮਗਰ ਕਿਸੇ ਨੇ ਖੜਾ ਹੀ ਨਹੀਂ ਹੋਣਾ। ਇਸੇ ਕਰਕੇ ਦਿਸ ਲਾਅ ਐਂਡ ਆਰਡਰ ਦੀ ਸਥਿਤੀ, ਪੁਲਿਸ ਨੂੰ ਕੋਈ ਟਿੱਚ ਜਾਂਦਾ ਯਾਰ। ਇੱਕ ਬਹੁਤ ਸਾਰੀਆਂ ਚੀਜ਼ਾਂ ਜੇ ਨਸ਼ੇ ਨੂੰ ਲੈ ਕੇ ਅਸੀਂ ਗੱਲ ਕਰਦੇ ਹਾਂ, ਖਾਸ ਕਰਕੇ ਪਰਟੀਕੂਲਰ ਜੇ ਗਿੱਦੜਵਾਹਾ ਹਲਕੇ ਦੀ ਗੱਲ ਕਰੀਏ, ਇੱਕ ਪੱਤਰਕਾਰ ਕੁਛ ਨਸ਼ਾ ਤਸਕਰਾਂ ਦੇ ਨਾਮ ਲਿਖ ਕੇ ਮੁੱਖ ਮੰਤਰੀ ਨੂੰ ਦੇਣ ਜਾਂਦਾ, ਉਹਨੂੰ ਡਿਟੇਨ ਕਰ ਲਿਆ ਜਾਂਦਾ ਹੈਗਾ, ਉਸ ਸਮੱਸਿਆ ਨੂੰ ਲੈ ਕੇ ਰਾਜਾ ਵੜਿੰਗ ਲਗਾਤਾਰ ਕੀ ਬੋਲ ਰਿਹਾ ਹੈ? ਤੁਸੀਂ ਇਮਾਨਦਾਰੀ ਨਾਲ ਜੇ ਇਹਦਾ ਆਂਸਰ ਦਿਓ। ਅੱਜ ਵੀ ਮੈਂ ਜਦੋਂ ਆ ਰਿਹਾ ਸੀ ਵੀ ਤੁਹਾਡੇ ਨਾਲ ਇੰਟਰਵਿਊ, ਮੈਂ ਬਹੁਤ ਲੋਕਾਂ ਤੋਂ ਫੋਨ ਕਰੇ, ਉਹ ਕਹਿੰਦੇ ਵੀ ਉਵੇਂ ਐਕਟਿਵਲੀ ਸ਼ਾਇਦ ਵਿਰੋਧੀ ਨਸ਼ਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਕਰਨਾ ਚਾਹੀਦਾ ਮੈਨੂੰ ਨਸ਼ਾ, ਕੀ ਕਰਨਾ ਚਾਹੀਦਾ ਨਸ਼ਾ? ਤੁਸੀਂ ਬਾਅਦ ਚੱਕ ਰਹੇ ਹੋ, ਸਾਡਾ ਤਾਂ ਸਵਾਲ ਇੰਨਾ ਹੀ ਹੈ। 100% ਯਾਰ ਨਸ਼ਾ ਅਕਾਲੀ ਦਲ ਵੇਲੇ ਇਹ ਬਹੁਤ ਜ਼ਿਆਦਾ ਉਜਾਗਰ ਹੋ ਗਿਆ, ਔਰ ਫਿਰ ਕਾਂਗਰਸ ਵੇਲੇ ਵੀ ਇਹ ਨਸ਼ਾ ਸੀ, ਔਰ ਇੰਨੀ ਤਾਦਾਦ ਦੇ ਵਿੱਚ ਨਹੀਂ ਸੀ ਜਿੰਨੀ ਹੁਣ ਤਾਦਾਦ ਦੇ ਵਿੱਚ ਹੋ ਗਿਆ ਜੀ। ਹੁਣ ਅਗੇਨ 4% ਵੱਧ ਗਿਆ। ਅਸੀਂ ਗੁਟਕਾ ਸਾਹਿਬ ਦੀ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ, ਭਗਵੰਤ ਮਾਨ ਜੀ ਨੇ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰਾ ਦਿੱਤੀ ਗਈ ਹੈ, ਨਸ਼ਾ ਉੱਥੇ ਦਾ ਉੱਥੇ ਹੈ। ਇਹਦਾ ਬਿਲਕੁਲ ਰਤਨ ਇਹ ਹੱਲ ਨਹੀਂ ਹੋਣਾ ਯਾਰ, ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ 'ਤੇ 100% ਕਾਰਵਾਈ ਹੋਣੀ ਚਾਹੀਦੀ ਹੈ। ਕੌਣ ਕਹਿੰਦਾ ਨਹੀਂ ਹੋਣੀ ਚਾਹੀਦੀ? ਪਰ ਅਲਟੀਮੇਟਲੀ ਇਹਦੇ ਵਿੱਚ ਵੀ ਫਿਰ ਗੁੰਝਲਾਂ 'ਤੇ ਗੁੰਝਲਾਂ 'ਤੇ ਗੁੰਝਲਾਂ ਬਹੁਤ ਜ਼ਿਆਦਾ ਹੈਗੀਆਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਪ੍ਰੈਕਟੀਕਲ ਕਰਕੇ ਰਾਜੇ ਵੜਿੰਗ ਨੇ ਵੇਖੀਆਂ, ਇਹ ਕਰਕੇ ਦੇਖੀਆਂ। ਅਲਟੀਮੇਟਲੀ ਇਹਦੇ 'ਤੇ 200 ਵਾਰੀ ਇਹ ਚਰਚਾ ਕੀਤੀ ਹੈ ਕਿ ਇਹਦੇ 'ਤੇ ਸਮੁੱਚੇ ਪੰਜਾਬ ਦੇ ਲੀਡਰ ਸਾਹਿਬਾਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪ੍ਰੋਪਰ 4 ਦਿਨ ਦਾ 5 ਦਿਨ ਦਾ ਵਿਧਾਨ ਸਭਾ ਸੈਸ਼ਨ ਇਹਦੇ 'ਤੇ ਹੋਣਾ ਚਾਹੀਦਾ। ਤੁਸੀਂ ਐਮਰਜੈਂਸੀ ਸੈਸ਼ਨ ਬੁਲਾ ਲੈਂਦੇ ਹੋ, ਵਾਈ ਨੋਟ ਐਮਰਜੈਂਸੀ ਸੈਸ਼ਨ ਔਨ ਡਰੱਗਸ? ਫਿਰ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਤੁਹਾਡੇ ਵਾਲਾ ਫੜ ਲਿਆ, ਉਹ ਕਹਿੰਦਾ ਤੁਹਾਡੇ ਵਾਲਾ ਫੜ ਲਿਆ, ਉਹਦੀ ਫੋਟੋ ਤੁਹਾਡੇ ਨਾਲ ਆ ਗਈ, ਲੀਡਰਾਂ ਨਾਲ ਫੋਟੋਆਂ ਆ ਹੀ ਜਾਂਦੀਆਂ। ਤੁਸੀਂ ਇਹਦੇ 'ਤੇ ਸੀਰੀਅਸ ਚਰਚਾ ਇਹ ਬਣਦੀ ਸੀ ਹੁਣ ਤੱਕ ਜਾਂ ਪਿਛਲੀ ਸਰਕਾਰ 'ਤੇ ਵੀ ਕਿ ਇਹ ਨਸ਼ੇ ਨੂੰ ਕਿੱਦਾਂ ਰੋਕਿਆ ਜਾ ਸਕੇ। ਇਹ ਰਤਨ ਜਿਹੜਾ ਵੀ ਬੰਦਾ ਅੱਜ ਦੀ ਡੇਟ 'ਚ ਐਵੇਂ ਸੁੱਕੇ ਵਾਅਦੇ ਕਰੂਗਾ ਵੀ ਮੈਂ ਨਸ਼ਾ ਰੋਕ ਦੂੰ, ਇਹ ਰੁਕਣਾ ਨਹੀਂ ਹੈ ਜੀ। ਰੀਜ਼ਨ ਬੀਂਗ ਉਹਦੇ ਵਾਸਤੇ ਤੁਹਾਨੂੰ ਕੋਈ ਨਾ ਕੋਈ ਵੇ ਆਊਟ ਦੇਣਾ ਪੈਣਾ। ਜੇ ਤੁਸੀਂ ਉਹ ਵੇ ਆਊਟ ਨਾ ਦਿੱਤਾ, ਇਹ ਸਿੰਥੈਟਿਕ ਡਰੱਗਸ ਨਹੀਂ ਰੁਕਣੀ। ਗੋਇੰਗ ਵੇ ਸਮਵੇਅਰ ਐਂਡ ਟੈਲਿੰਗ ਨਸ਼ਾ ਬਹੁਤ ਵਿਕਦਾ ਹੈ,
ਜਾਂ ਟੀਵੀ ਤੇ ਵਿਖਾਉਣਾ ਕਿ ਨਸ਼ਾ ਬਹੁਤ ਵਿਖਦਾ ਵਾਰੀ ਵਾਰੀ ਜਾਂ ਬੋਲਣਾ ਵਾਰੀ ਵਾਰੀ, ਇਹ ਤਾਂ ਕੋਈ ਅਲਟਰਨੇਟਿਵ ਨਹੀਂ ਹੈ, ਇਹ ਤਾਂ ਕੋਈ ਆਵਾਜ਼ ਬੁਲੰਦ ਨਹੀਂ ਹੈ, ਇਹ ਤਾਂ ਹਰ ਬੰਦਾ ਕਰ ਲੂਗਾ। ਇਹਦੇ ਨਾਲ ਤਾਂ ਉਲਟਾ ਮੇਰੇ ਪੰਜਾਬ ਦੀ ਬਹੁਤ ਹੀ ਬਦਨਾਮੀ ਹੋ ਗਈ ਹੈ। ਪਰਸੈਪਸ਼ਨ ਇਹ ਬਣ ਗਿਆ ਦੁਨੀਆ ਦੇ ਵਿੱਚ ਕਿ ਨਸ਼ਾ ਪੰਜਾਬ 'ਚ ਸਭ ਤੋਂ ਵੱਧ ਹੈ, ਦਿੱਲੀ 'ਚ ਵੀ ਨਸ਼ਾ ਬਹੁਤ ਹੈ, ਅਮਰੀਕਾ ਤੇ ਕੈਨੇਡਾ 'ਚ ਵੀ ਨਸ਼ਾ ਬਹੁਤ ਹੈ, ਬਿਕੋਜ਼ ਅਸੀਂ ਸਭ ਲੋਕਾਂ ਨੇ ਇਹ ਪਰਸੈਪਸ਼ਨ ਆਮ। ਪਰ ਹਾਂ, ਨਸ਼ਾ ਹੈਗਾ ਬਿਕੋਜ਼ ਆਫ ਅਨਇੰਪਲੋਇਮੈਂਟ, ਕੋਈ ਰਾਸਤਾ ਨਹੀਂ ਹੈ ਵਿਅਕਤੀ ਕੋਲ ਜਾਣ ਨੂੰ। ਸਾਡੀ ਇਕੋਨਮੀ ਬਿਲਕੁਲ ਪੰਜਾਬ ਦੀ ਡਾਊਨ ਜਾ ਰਹੀ ਹੈ, ਅਸੀਂ ਬੱਚਿਆਂ ਨੂੰ ਨੌਕਰੀ ਨਹੀਂ ਦੇ ਪਾ ਰਹੇ, ਉਹਨਾਂ ਨੂੰ ਕੋਈ ਇਸ ਨਸ਼ੇ ਦਾ ਸਿੰਥੈਟਿਕ ਡਰੱਗਸ ਦਾ ਸੋਲਿਊਸ਼ਨ ਨਹੀਂ ਦੇ ਪਾ ਰਹੀ, ਜਿਹਦੇ ਵਿੱਚ ਕੇਂਦਰ ਸਰਕਾਰ ਦਾ ਵੀ ਯੋਗਦਾਨ ਹੋਣਾ ਚਾਹੀਦਾ। ਈਵਨ ਵੀ ਕੈਨ ਡਿਸਕਸ ਦਿਸ ਇਸ਼ੂ ਇਨ ਪਾਰਲੀਮੈਂਟ ਟੂ, ਇਹ ਦੇਸ਼ ਦੀ ਸਮੱਸਿਆ ਹੈ, ਨੋਟ ਓਨਲੀ ਪੰਜਾਬ ਦੀ ਸਮੱਸਿਆ ਹੈ, ਇਹਦੇ 'ਤੇ ਸਾਨੂੰ ਹੱਲ ਕੱਢਣਾ ਚਾਹੀਦਾ। ਤੁਹਾਡੇ ਸਾਹਮਣੇ ਕੈਨੇਡਾ ਨੇ ਕਿਤੇ ਨਾ ਕਿਤੇ ਉਹਨਾਂ ਦੇ ਲਥਾਰ 'ਚ, ਤੁਸੀਂ ਉੱਥੇ ਵੀ ਦੇਖਦੇ ਹੋ ਡਰੱਗਸ ਦਾ ਧੰਦਾ ਬਹੁਤ ਜ਼ੋਰਾਂ 'ਤੇ ਹੈ ਕੈਨੇਡਾ ਦੀ ਸਰਕਾਰਾਂ 'ਚ ਜੀ, ਪਰ ਉਹਨਾਂ ਨੇ ਫਿਰ ਮਰਵਾਨਾ ਦਾ ਕੋਈ ਹੱਲ ਕੱਢਿਆ, ਉਹਨਾਂ ਨੇ ਲੀਗਲ ਸ਼ਾਪਸ ਕੱਢੀਆਂ, ਥੋੜ੍ਹੇ ਥੋੜ੍ਹੇ ਨਸ਼ੇ ਦੀਆਂ ਕੱਢੀਆਂ, ਜਿਹਦੇ ਰਾਹੀਂ ਮੈਨੂੰ ਲੱਗਦਾ ਕਿ ਜਿਹੜੇ ਡਰੱਗਸ ਜਾਂ ਹੋਰ ਇੱਧਰ ਉੱਧਰ ਨਹੀਂ ਸੀ ਉੱਥੇ ਕਿਤੇ ਰੋਕ ਫੋਕ ਹੋਣੇ, ਜਿਹਨਾਂ ਨਾਲ ਹਿਊਮਨ ਨੂੰ ਕੋਈ ਉਹਦੀ ਬੋਡੀ ਨੂੰ ਜ਼ਿਆਦਾ ਨੁਕਸਾਨ ਨਾ ਹੋ ਜਾਵੇ, ਸਿੱਧਾ ਮਾਰੀ ਨਾ ਜਾਵੇ। ਸੋ ਮੈਨੂੰ ਲੱਗਦਾ ਇਹਦੇ 'ਤੇ ਰਾਦਰ ਦੈਨ ਬਿਆਨ ਦੇਣੇ ਜਾਂ ਕੋਈ ਗੱਲ ਕਰਨੀ, ਇਹਦੇ 'ਤੇ ਚਰਚਾ ਦੀ ਜ਼ਰੂਰਤ ਹੈ। ਅਤੇ ਉਹ ਹਮੇਸ਼ਾ ਜਦੋਂ ਵੀ ਤੁਹਾਡੇ ਵਰਗੇ ਲੋਕਾਂ ਨਾਲ ਬੁੱਧੀਜੀਵਾਂ ਨਾਲ ਗੱਲ ਹੁੰਦੀ ਹੈ, ਵੀ ਆਲਵੇਜ਼ ਸੇਜ਼ ਦਿਸ, ਵੈਰੀ ਈਜ਼ੀ ਟੂ ਸੇ ਕਿ ਨਸ਼ਾ, ਜਦੋਂ ਕਾਂਗਰਸ ਦੇ MLA ਸੀ ਲੋਕ ਕਹਿੰਦੇ ਸੀ ਇਹ ਵਿਕਾਰ ਹੈ, ਪੱਤਰਕਾਰ ਸਾਥੀ ਕਹਿੰਦੇ ਸੀ ਕਾਂਗਰਸ ਸਰਕਾਰ 'ਚ ਹੋ ਰਿਹਾ, ਜਦੋਂ ਅਕਾਲੀਆਂ ਦੀ ਸੀ ਅਕਾਲੀਆਂ ਦੀ ਸਰਕਾਰ 'ਚ ਹੋ ਰਿਹਾ, ਹੁਣ ਆਮ ਆਦਮੀ ਪਾਰਟੀ 'ਚ ਆਮ ਆਦਮੀ ਪਾਰਟੀ 'ਚ, ਔਰ ਕੱਲ੍ਹ ਨੂੰ ਕਿਸੇ ਦੀ ਹੋਰ ਸਰਕਾਰ ਵੀ ਆਜੂਗੀ। ਸੱਚ ਮੈਂ ਤੁਹਾਨੂੰ ਦੱਸਾਂ, ਇਟਸ ਅ ਡਿਫੀਕਲਟ ਟੂ ਸਟੋਪ ਦਾ ਨਸ਼ਾ, ਪਰ ਕਿੱਦਾਂ ਕਰਨਾ ਇਹਦੇ 'ਤੇ ਵਿਸਤਾਰਪੂਰਵਕ ਚਰਚਾ ਹੋ ਕੇ ਸਾਨੂੰ ਵੇ ਆਊਟ ਦੇਣਾ ਪਏਗਾ, ਆਲਟਰਨੇਟਿਵ ਦੇਣਾ ਪਏਗਾ, ਤਦ ਨਸ਼ਾ ਰੁਕ ਸਕਦਾ ਹੈ। ਅਦਰਵਾਈਜ਼, ਔਰ ਸਾਨੂੰ ਇਕੋਨਮੀ ਨੂੰ ਠੀਕ ਕਰਨਾ ਪਏਗਾ ਪੰਜਾਬ ਦੀ ਨੂੰ, ਜਿਵੇਂ ਤੁਹਾਨੂੰ ਮੈਂ ਕਿਹਾ ਰੈਵਨਿਊ ਜਨਰੇਟ ਕਰਾਂਗੇ, ਪੈਸਾ ਆਏਗਾ ਖਜ਼ਾਨੇ 'ਚ, ਅਸੀਂ ਨੌਕਰੀ ਦੇਵਾਂਗੇ ਲੋਕਾਂ ਨੂੰ, ਨੌਜਵਾਨ ਨੂੰ ਉਸ ਕੰਮ 'ਤੇ ਲਾਵਾਂਗੇ, ਤਦ ਰੁਕਣਾ, ਨਹੀਂ ਇਕੱਲੇ ਬਿਆਨ ਨਾਲ ਅਤੇ ਬਠਿੰਡੇ ਵਾਲੇ ਮਟਕਾ ਚੌਂਕ 'ਚ ਬੈਠਣ ਨਾਲ ਤਾਂ ਨਹੀਂ ਨਸ਼ਾ ਰੁਕਣਾ। ਜਿਹੜਾ ਅਫਸਰਸ਼ਾਹੀ ਦਾ ਨੈਕਸਸ ਆ ਕੋਈ, ਉੱਥੇ ਤੁਹਾਨੂੰ ਕੁਛ ਲੱਗਦਾ ਗੜਬੜ? ਜਿਵੇਂ ਅੱਜ ਵੀ ਵਿਧਾਨ ਸਭਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ 'ਤੇ, ਉਹਦੇ 'ਤੇ ਵੀ ਹਾਲਾਂਕਿ ਉਹਨਾਂ ਨੇ ਕਿਹਾ ਵੀ ਕਲੋਜ਼ ਬਾਏ ਜਾਂ ਪੈਰਾਗ੍ਰਾਫ ਬਾਏ ਵੀ ਡਿਸਕਸ਼ਨ ਹੋਣੀ ਚਾਹੀਦੀ ਆ, ਦੋ ਦਿਨ ਦਾ ਤੁਸੀਂ ਵੱਧ ਸੱਦ ਲਓ, ਉੱਥੇ ਕਿਵੇਂ ਲੱਗਦਾ ਹੈਗਾ? ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਉਹ ਟਿੱਪਣੀ ਤਾਂ ਕਰਦੇ ਨੇ। ਇਟਸ ਨਾਟ ਅਬਾਊਟ ਉੱਥੇ ਕਿਵੇਂ ਲੱਗਦਾ ਯਾਰ, ਵਿਧਾਨ ਸਭਾ ਸੱਦੀ ਨਹੀਂ ਜਾਂਦੀ ਮਸਲੇ ਹੱਲ ਕਰਨ ਨੂੰ। ਈਵਨ ਆਈ ਹੈਵ ਸੀਨ ਦ ਪਾਰਲੀਮੈਂਟ ਨਾਓ, ਅਫਸਰਾਂ 'ਚ ਕੋਈ ਨੈਕਸਸ ਹੈਗਾ ਕੋਈ ਉਹ ਜਿਹਾ ਫੋਰ ਕਰਾ ਕੋਈ ਵੀ ਚੀਜ਼ ਨੂੰ ਲੈ ਕੇ, ਕਰਪਸ਼ਨ ਨੂੰ ਲੈ ਕੇ, ਨਸ਼ੇ ਤੋਂ ਨੈਕਸਸ ਹੁੰਦੇ ਹੀ ਹੈ। ਅਲਟੀਮੇਟਲੀ ਬਿਊਰੋਕਰੇਸੀ ਮੋਰ ਕਰਪਟ ਹੈਗੀ ਆ ਪੋਲੀਟੀਸ਼ੀਅਨ ਤੇ ਅਦਰ ਲੋਕਾਂ ਨਾਲੋਂ ਜਿੰਨੀ, ਕਿਉਂਕਿ ਪੋਲੀਟੀਸ਼ੀਅਨ ਤਾਂ 5 ਸਾਲਾਂ ਵਾਸਤੇ ਆਉਂਦਾ ਤੇ ਚਲਾ ਜਾਂਦਾ, ਕੋਈ 10 ਸਾਲਾਂ ਵਾਸਤੇ ਚਲਾ ਜਾਂਦਾ, ਉਹ ਤਾਂ 58 ਸਾਲ ਫਿਕਸਡ ਰਹਿੰਦੇ ਆ ਨਾ ਜੀ ਪੱਕੇ ਤੌਰ ਤੇ 100%। ਦੇਆਰ ਆਰ ਆ ਬਿਊਰੋਕਰੇਟਸ ਜਿਹੜੇ ਨੈਕਸਸ 'ਚ ਹੈਗੇ ਆ, ਦੇਆਰ ਆਰ ਆ ਬਿਊਰੋਕਰੇਟਸ ਜਿਹੜੇ ਬਿਲਕੁਲ ਪੈਸਾ ਵੀ ਨਹੀਂ ਲੈਂਦੇ, ਉਹ ਸਭ ਨੂੰ ਇੱਕੋ ਥੰਮ ਨਹੀਂ ਨਾ ਤੋਲਿਆ ਜਾਂਦਾ। ਹਾਂ, ਬਦਨਾਮੀ 'ਚ ਉਹ ਸਾਰੇ ਉਸ ਗੱਲ 'ਚ ਹੁੰਦੇ ਆ 100%। ਹੁਣ ਜਿਹੜੀ ਵਿਧਾਨ ਸਭਾ ਬਣਾਈ ਜਾਂਦੀ ਹੈ, ਫੋਰ ਯੋਰ ਇਨਫੋਰਮੇਸ਼ਨ, ਮੈਂ 3 ਵਾਰੀ ਵਿਧਾਨ ਸਭਾ ਦਾ ਚੁਣਿਆ ਗਿਆ ਹੈ, ਉਹਦੇ ਵਿੱਚ ਰਤਨ ਫਾਰਮੈਲਿਟੀ ਬਿੱਲ, ਕਿਉਂਕਿ ਸੰਵਿਧਾਨਿਕ ਮਰਿਆਦਾ ਦੇ ਤਹਿਤ ਤੁਹਾਨੂੰ 3 ਵਾਰੀ ਸੈਸ਼ਨ ਬੁਲਾਉਣਾ ਹੈ ਜੀ, ਅਤੇ ਉਸ ਸੈਸ਼ਨ 'ਤੇ ਜਦੋਂ 1 ਕਰੋੜ ਰੁਪਇਆ ਲੱਗਣਾ ਹੈ ਅਤੇ ਫਿਰ ਇਹ ਬਹਿਸ ਅਤੇ ਫਲਾਂ ਅਤੇ ਉਹ ਫਾਰਮੈਲਿਟੀ ਕਰਦੇ ਆ। ਅਦਰਵਾਈਜ਼ ਵਿਧਾਨ ਸਭਾ ਇਸ ਕਰਕੇ ਬਣੀ ਸੀ, ਇਸ ਕਰਕੇ ਨਹੀਂ ਬਣੀ ਸੀ ਤੁਸੀਂ ਸਰਕਾਰ ਦੀ ਵਾਹ ਵਾਹ ਕਰੋ ਅਤੇ ਓਪੋਜੀਸ਼ਨ ਸਰਕਾਰ ਦੀ ਨਿਖੇਧੀ ਕਰੇ,
ਉਹ ਇਸ ਕਰਕੇ ਬਣੀ ਸੀ ਵੀ ਤੁਸੀਂ 117 ਚੁਣੇ ਹੋਏ ਬੰਦੇ ਜਿਹੜੇ ਹੈ ਆਪਣੇ ਆਪਣੇ ਹਰ ਮੁੱਦੇ 'ਤੇ ਵਿਚਾਰ ਦਿਓ, ਯੂਨੈਨੀਮਸਲੀ ਉੱਥੇ ਫੈਸਲਾ ਹੋਵੇ। ਹੋ ਸਕਦਾ ਓਪੋਜੀਸ਼ਨ ਦਾ ਕੋਈ ਸੁਝਾਅ ਚੰਗਾ ਹੈ ਤਾਂ ਸੱਤਾਧਾਰੀ ਪਾਰਟੀ 'ਚੋਂ ਵੀ 10 ਬੰਦੇ ਖੜ੍ਹੇ ਹੋ ਕੇ ਕਹਿਣ ਕਿ ਬਿਲਕੁਲ ਓਪੋਜੀਸ਼ਨ ਇਜ਼ ਸੇਇੰਗ ਰਾਈਟ। ਓਪੋਜੀਸ਼ਨ ਕਹਿਣਾ ਵੀ ਚਾਹੁੰਦੀ ਹੁੰਦੀ ਹੈ ਵੀ ਰਾਜਾ ਵੜਿੰਗ ਜਾਂ ਪ੍ਰਤਾਪ ਸਿੰਘ ਬਾਜਵਾ ਕੋਈ ਜਾਇਜ਼ ਗੱਲ ਕਰ ਰਹੇ, ਤਦ ਵੀ ਨਹੀਂ ਕਹਿ ਸਕਦੀ। ਅਮੈਰੀਕਾ 'ਚ ਸੈਨੇਟ 'ਚ ਕੀ ਹੁੰਦਾ ਜੀ, ਸੇਮ ਵੇ ਗੋਰੇ ਲੋਕ ਦੇ ਫੀਲ ਕਿ ਬੇਸ਼ੱਕ ਅਸੀਂ ਬਿਲੋਂਗ ਟੂ ਡੈਮੋਕ੍ਰੇਟਸ ਹੈ ਪਰ ਅਸੀਂ ਫੈਸਲਾ ਉਹ ਕਰਾਂਗੇ, ਅਸੀਂ ਹਮ ਹੀ ਹੱਥ ਉਹਦੇ 'ਤੇ ਚੱਕਾਂਗੇ ਜਿਹੜਾ ਫੈਸਲਾ ਸਾਡੇ ਦੇਸ਼ ਦੇ ਹਿੱਤ ਲਈ ਹੈਗਾ, ਚਾਹੇ ਦੇ ਬਿਲੋਂਗ ਟੂ ਰਿਪਬਲਿਕਨ ਚਾਹੇ ਦੇ ਬਿਲੋਂਗ ਟੂ ਡੈਮੋਕ੍ਰੇਟਸ। ਸਮਟਾਈਮਸ ਡੈਮੋਕ੍ਰੇਟ ਜਿਹੜੇ ਹੈ ਉਹ ਰਿਪਬਲਿਕਨ ਦੇ ਜਿਹੜਾ ਬੰਦੇ ਦਾ ਜਾਇਜ਼ ਇਸ਼ੂ ਹੋ ਰਿਹਾ ਅਤੇ ਸੈਨੇਟਰ ਖੜ੍ਹੇ ਹੋ ਜਾਂਦੇ ਆ ਵੀ ਠੀਕ ਹੈ, ਉੱਥੋਂ ਦੇ ਪ੍ਰੈਜੀਡੈਂਟ ਦੇ ਖਿਲਾਫ ਚਲੇ ਜਾਂਦੇ। ਇੱਥੇ ਇਹ ਮਰਿਆਦਾ ਨਹੀਂ ਹੈ ਜਿਹੜੀ ਹੋਣੀ ਚਾਹੀਦੀ ਹੈ, ਚਾਹੇ ਬੀ ਇਟ ਪਾਰਲੀਮੈਂਟ ਬੀ ਇਟ ਵਿਧਾਨ ਸਭਾ, ਇੱਥੇ ਫਾਰਮੈਲਿਟੀ ਸੇਕ ਜਿਹੜੇ ਹੈ ਸੈਸ਼ਨ ਲੱਗਦੇ ਹੈ ਔਰ ਅਸਲ ਮੁੱਦੇ 'ਤੇ ਅਸਲ ਮੁੱਦੇ ਹੈ ਜਿਹੜੇ ਕੌਜ਼ ਹੈਗੇ ਆ ਉਹਦੇ 'ਤੇ ਚਰਚਾ ਹੀ ਨਹੀਂ ਹੁੰਦੀ। ਇੱਥੇ ਕੇਵਲ ਮਸਾਲਾ ਦੇਣ ਵਾਸਤੇ ਲੋਕਾਂ ਨੂੰ ਵੀ ਅੱਜ ਵਿਧਾਨ ਸਭਾ 'ਚ ਉਹਨੇ ਉਹਨੂੰ ਗਾਲਾਂ ਕੱਢਤੀਆਂ ਅਤੇ ਉਹਨੂੰ ਗਾਲਾਂ ਕੱਢਤੀਆਂ, ਮੈਨੂੰ ਇਹ ਦੱਸੋ ਕੌਣ ਕਿਹਨੂੰ ਪੈ ਗਿਆ ਅਤੇ ਕਿਹਨੂੰ ਅੱਖਾਂ ਕੱਢੀਆਂ। ਜਿਸ ਪ੍ਰਕਾਰ ਦੀ ਸ਼ਬਦਾਵਲੀ ਵਰਤੀ ਜਾਂਦੀ ਉਹਦੇ ਨਾਲ ਲੋਕਾਂ ਦਾ ਕੀ ਲਾਹ ਹੈ, ਨਥਿੰਗ। ਅਲਟੀਮੇਟਲੀ ਜਦੋਂ ਓਪੋਜੀਸ਼ਨ ਵਾਲੀ ਕੋਈ ਗੱਲ ਨਹੀਂ ਸੁਣਦਾ ਫਿਰ ਉਹਨਾਂ ਨੂੰ ਵਾਕਆਊਟ ਵੀ ਕਰਨਾ ਪੈਂਦਾ। ਦੇ ਸ਼ੁੱਡ ਲਿਸਨ, ਕਾਮਲੀ ਨੂੰ ਵਧਾ ਲਓ ਫਿਰ। ਹਰਾ ਪੈਨ ਫੜਾ ਕੇ ਗਏ ਆ ਮੁੱਖ ਮੰਤਰੀ ਸਾਹਿਬ, ਤੁਹਾਡੇ ਹਲਕੇ 'ਚ ਆਏ ਸੀ, ਕਹਿੰਦੇ ਵੱਡਾ ਹਰਾ ਪੈਨ ਦੇਵਾਂਗਾ ਡੈਂਪੀ ਢਿੱਲੋਂ ਨੂੰ। ਮੈਨੂੰ ਲੱਗਦਾ ਵੀ ਟਰਾਂਸਪੋਰਟ ਮੰਤਰੀ ਜੇ ਬਣ ਗਏ ਕੋਈ ਹੋਰ। ਦੇਖੋ ਰਤਨ, ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਨੂੰ ਹਰਾ ਪੈਨ ਦੇਣ 'ਤੇ, ਪਰ ਇਹ ਚੀਫ ਮਿਨਿਸਟਰ ਕੋਲ ਹਰੇ ਪੈਨ ਦੀ, ਮੈਨੂੰ ਲੱਗਦਾ ਹਰੇ ਪੈਨਾਂ ਦੀ ਫੈਕਟਰੀ ਵਾਲੇ ਨਾਲ ਨਾ ਸਿੱਧੀ ਇਹਨਾਂ ਨੇ ਕੋਈ ਉਹਦੇ ਨਾਲ ਐਗਰੀਮੈਂਟ ਕਰ ਲਿਆ। ਇਹ ਜਲੰਧਰ ਜਾਂਦੇ ਹਰਾ ਪਿੰਡ ਦੇ ਆਉਂਦੇ, ਫਿਰ ਇਹ ਹੁਣ ਚਾਰੇ ਲੋਕ ਵਿਧਾਨ ਸਭਾ ਜਾਣਗੇ ਉੱਥੇ ਹਰਾ ਪਿੰਡ ਫੜਾ ਹੋਣਗੇ। ਇਹ ਪੈਨ ਇਹਨਾਂ ਕੋਲ ਇੰਨੇ ਥੋਕ 'ਚ ਰੱਖੇ ਪਏ ਹੈ ਅਤੇ ਜਿਹੜੇ ਚਾਰ ਹੋਰ ਜਿਹੜੇ ਲਾਉਣਗੇ ਅਲਟੀਮੇਟਲੀ ਕਿਹਨੂੰ ਲਾਉਣਗੇ ਇਹ ਵੀ ਤਾਂ ਦੱਸਣ। ਉਹ ਭਗਤ ਚੁੰਨੀ ਲਾਲ ਜੀ ਦੇ ਬੇਟੇ ਨੂੰ ਕਿਹਾ ਸੀ ਵੀ ਤੈਨੂੰ ਮੰਤਰੀ ਬਣਾਉਣਾ ਹੈ, ਹਰਾ ਪਿੰਡ ਨੂੰ ਤਾਕਤ ਨਹੀਂ। ਹਰ ਬੰਦੇ ਨੂੰ ਕਿੰਨੇ ਬਣਾਉਂਗੇ ਵੀ, ਹੁਣ ਇੱਕ ਗਿੱਦੜਬਾ ਬਣਾਉਂਗੇ, ਇੱਕ ਡੇਰਾ ਬਾਬਾ ਨਾਨਕ ਬਣਾਉਂਗੇ, ਇੱਕ ਬਰਨਾਲੇ ਵਾਲੇ ਨੂੰ ਬਣਾਉਂਗੇ, ਚੱਬੇਵਾਲ ਇੱਕ ਚੱਬੇਵਾਲ ਬਣਾਉਂਗੇ, ਚਾਰ ਤਾਂ ਇਹ ਹਰੇ ਪੈਨ ਪੱਕੇ ਹੋਏ, ਇੱਕ ਪੰਜਵਾਂ ਤੁਸੀਂ ਪਹਿਲਾਂ ਦੇਤਾ, ਛੇਵਾਂ ਇੱਕ ਹੋਰ ਪਿਆ ਉਹ ਜਿਹੜਾ ਅਕਾਲੀ ਦਲ ਦਾ ਬੰਦਾ ਜੁਆਇਨ ਕੀਤਾ ਡਾਕਟਰ ਸੁੱਖੀ। ਸੋ ਮੇਰੇ ਕਹਿਣ ਦਾ ਮਤਲਬ ਇਹ ਥੋਕ 'ਚ ਪੈਨ ਚੱਕੀ ਫਿਰਦੇ ਅਤੇ ਲੋਕਾਂ ਨੂੰ ਦੇਈ ਜਾਂਦੇ। ਉਹ 6 ਬੰਦੇ ਕਿਹੜੇ ਜਾਣ ਵਾਲੇ ਹੈ, ਪਹਿਲਾਂ ਉਹ ਤਿਆਰੀ ਕਰ ਲਓ ਵੀ ਜਿਹਨਾਂ ਨੇ ਜਾਣਾ ਹੁਣ, ਇਹ ਕਿਉਂਕਿ 6 ਨਵੇਂ ਰਿਪਲੇਸ ਹੋਣੇ। ਤੁਸੀਂ ਆਪਦੇ ਵਾਲੇ ਕੋਈ ਸੰਭਾਲ ਕੇ ਰੱਖਿਆ, 2 MLA ਦੀ ਚਰਚਾ ਕਹਿੰਦੇ ਵੀ 2 ਹੋਰ ਉੱਧਰ ਛਾਲ ਵਾਲਾ। ਮੈਂ ਤਾਂ ਕਹਿੰਦੇ ਯਾਰ ਸਾਡੇ ਵਾਲਾ ਤਾਂ ਕੋਈ ਨਹੀਂ ਜਾਂਦਾ ਮੈਨੂੰ ਲੱਗਦਾ ਹੈ, ਪਰ ਜੇ ਕਿਸੇ ਨੇ ਜਾਣਾ ਤਾਂ ਚਲਾ ਜਾਵੇ, ਅਸੀਂ ਨਹੀਂ ਸੰਭਾਲਦੇ ਸੰਭੂਲਦੇ ਕਿਸੇ ਨੂੰ। ਅਸੀਂ ਤਾਂ ਹਰ ਇੱਕ ਦੀ ਪਾਰਟੀ ਹੈ, ਜਿੰਨੀ ਰਾਜੇ ਵੜਿੰਗ ਦੀ ਪਾਰਟੀ ਹੈ ਉਨੀ ਹਰ MLA ਦੀ ਪਾਰਟੀ ਹੈ। ਸਾਡੇ ਹਰ ਬੰਦਾ ਜਿਹੜਾ ਮੈਨੂੰ ਲੱਗਦਾ ਅੱਜ ਦੀ ਡੇਟ 'ਚ ਹੁਣ ਸਾਡੇ ਨਾਲ ਖੜਾ ਬੰਦਾ ਉਹਦਾ ਉਨਾ ਹੀ ਅਧਿਕਾਰ ਹੈ ਜਿੰਨਾ ਰਾਜੇ ਵੜਿੰਗ ਦਾ ਅਧਿਕਾਰ ਹੈ। ਸਾਡੇ ਵਾਲੇ ਨੂੰ ਸਾਂਭਣ ਦੀ ਕੀ ਲੋੜ ਹੈ, ਅਸੀਂ ਸਾਰਾ ਇੱਕ ਪਰਿਵਾਰਕ ਦੀ ਤਰ੍ਹਾਂ ਕੰਮ ਕਰਦੇ ਹਾਂ ਅਸੀਂ ਸਾਡੇ। ਹਾਂ ਪਰ ਜਿਹਨੂੰ ਲੱਗਦਾ ਜਾਣਾ ਚਾਹੁੰਦਾ ਹੈ, ਕੰਧ 'ਤੇ ਲਿਖਿਆ ਪਿਆ ਹੈ ਰਤਨ, ਪਬਲਿਕ ਨੂੰ ਤੁਸੀਂ ਪੁੱਛ ਲਓ ਕਿ BJP ਦੀ ਸਰਕਾਰ ਆ ਸਕਦੀ ਹੈ, ਉਹ ਕਹਿੰਦੇ ਨਾ। ਅਕਾਲੀਆਂ ਦੀ ਆ ਸਕਦੀ ਹੈ 2.5 ਸਾਲਾਂ ਨੂੰ, ਉਹ ਕਹਿੰਦੇ ਨਾ। ਆਮ ਆਦਮੀ ਪਾਰਟੀ ਦੁਆਰੇ ਰਿਪੀਟ ਕਰ ਸਕਦੀ, ਉਹ ਕਹਿੰਦੇ ਜਮਾਂ ਹੀ ਨਹੀਂ। ਕਾਂਗਰਸ ਦੀ ਸਰਕਾਰ ਆ ਸਕਦੀ ਹੈ, ਜੇ ਮੈਂ ਤੁਹਾਨੂੰ ਪੁੱਛ ਲਾਂ ਤੁਸੀਂ ਕਹੋਗੇ ਹਾਂ ਯਾਰ ਆ ਸਕਦੀ ਹੈ, ਅਸੀਂ ਨਹੀਂ ਆਏਗਾ ਜੀ।
ਕਿਹਦੀ ਆਊਗੀ ਦੱਸੋ ਚੱਲ। ਅਸੀਂ ਤਾਂ ਇਹ ਕਹਿਣਾ ਵੀ ਜੇ ਕਾਂਗਰਸ ਇੱਕ ਮੁੱਠੀ ਨਹੀਂ ਸਰਕਾਰ ਬਣੂਗੀ। ਇਹ ਤਾਂ ਤੁਸੀਂ ਕਹਿ ਦਿੰਦੇ ਹੋ, ਤੁਹਾਡੇ ਉਹ ਇੱਕ ਮੁੱਠ ਨੂੰ ਮੈਨੂੰ ਦੱਸ ਦੋ ਮੁੱਠ ਕਿਵੇਂ, ਇਹਦਾ ਐਗਜ਼ਾਮਪਲ ਦੇ। ਕਾਂਗਰਸ ਨੂੰ ਲੈ ਕੇ ਤਾਂ ਜਦੋਂ ਕਾਂਗਰਸ ਦੀ ਚਰਚਾ ਚੱਲਦੀ ਹੈ ਉਹ ਐਂ ਚੱਲਦੀ ਹੈ ਵੀ ਮੁੱਖ ਮੰਤਰੀ ਚਰਚਾ, ਜੇ ਤੁਸੀਂ ਇਹ ਗੱਲ ਨਹੀਂ ਚਲਾਓ ਤਾਂ ਤੁਹਾਡਾ ਚੈਨਲ ਜਾਂ ਚੱਲਦਾ ਹੀ ਨਹੀਂ। ਤੁਸੀਂ ਇਹੋ ਜਿਹੇ ਸ਼ਬਦ ਦੇਣਾ ਹੁੰਦਾ ਰਤਨ, ਤੁਸੀਂ ਛੋਟੇ ਵੀਰ ਹੋ, ਤੁਸੀਂ ਮੈਨੂੰ ਇਹ ਦੱਸੋ ਵੀ ਕਾਂਗਰਸ ਦੋ ਮੁੱਠ ਕਿਵੇਂ, ਇੱਕ ਮੁੱਠ ਕਿਵੇਂ ਨਹੀਂ ਦੱਸੋ, ਐਗਜ਼ਾਮਪਲ ਦਿਓ। ਸੋ ਮੇਰੇ ਕਹਿਣ ਦਾ ਮਤਲਬ, ਜੇ ਤੁਸੀਂ ਇਹ ਮਿਰਚ ਮਸਾਲਾ ਨਾ ਪਾਓ ਮੈਗੀ ਦੇ ਵਿੱਚ ਤਾਂ ਤੁਹਾਡਾ ਕੰਮ ਕਿਵੇਂ ਚੱਲੇ। ਕਾਂਗਰਸ ਇੱਕ ਮੁੱਠ ਹੈ, ਇੱਕ ਮੁੱਠ ਸੀ ਤਾਂ 7 ਸੀਟਾਂ ਜਿੱਤੀ, ਤੁਸੀਂ ਮੈਨੂੰ ਦੱਸ ਦਿਓ ਦੋ ਮੁੱਠਾਂ ਕਿਵੇਂ, ਕੋਈ ਵੀ ਨਹੀਂ ਹੈ। ਸੋ ਡਿਫਰੈਂਟ ਆਫ ਜਿਹੜੇ ਡਿਫਰੈਂਸਿਸ ਓਪੀਨੀਅਨ ਡਿਫਰੈਂਟ ਹੁੰਦੇ ਹੈ ਉਹ ਯਾਰ ਕਦੇ ਕਦੇ ਹੁੰਦੇ ਹੈ। ਤੁਹਾਡੇ ਕੈਮਰਾਮੈਨ ਦਾ ਅੱਡ ਓਪੀਨੀਅਨ ਹੈ, ਤੁਹਾਡਾ ਅੱਡ ਮੇਰੇ ਬਾਰੇ ਓਪੀਨੀਅਨ ਹੈ, ਐਂਡ ਇਕੱਠੇ ਹੈ ਰਤਨ ਤੁਹਾਨੂੰ, ਤੁਸੀਂ ਤਾਂ ਤੁਸੀਂ ਸੱਚ ਤਾਂ ਇਹ ਆਇਆ ਅੱਜ ਤੁਸੀਂ ਗੁਰਸਿੱਖਾਂ ਦੇ, ਵੈਸੇ ਤਾਂ ਤੁਸੀਂ ਹਮੇਸ਼ਾ ਸੱਚ ਬੋਲਦੇ ਹੋ, ਯੂ ਆਰ ਗੁੱਡ ਮੈਨ। ਅੱਜ ਤੁਸੀਂ ਡਬਲ ਕਰ ਗਏ ਜਦੋਂ ਮੈਂ ਕਿਹਾ ਵੀ ਕਾਂਗਰਸ ਦੀ ਸਰਕਾਰ ਆ ਸਕਦੀ ਹੈ, ਤੁਸੀਂ ਕਹਿਣਾ ਸੀ ਹਾਂ। ਫਿਰ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਦੱਸੋ, ਫਿਰ ਅਸੀਂ ਤੁਹਾਨੂੰ ਦੱਸ ਦਾਂਗੇ। ਚਿਹਰਾ ਕੋਈ ਨਹੀਂ, ਕੌਣ ਚਿਹਰਾ, ਮੈਂ ਤਾਂ ਚਿਹਰਾ ਨਹੀਂ ਹੈ। ਪਰ ਮੈਂ ਕੋਈ ਕੈਂਡੀਡੇਟ ਐ ਨਹੀਂ ਆ ਵੀ ਮੈਂ ਮੁੱਖ ਮੰਤਰੀ ਬਣਾਂਗਾ ਤਦ ਹੀ ਕੰਮ ਚੱਲੇਗਾ। ਐਂਡ ਕਾਂਗਰਸ ਪਾਰਟੀ ਚ ਇਹੋ ਜਿਹੀ ਪ੍ਰਥਾ ਹੁੰਦੀ ਨਹੀਂ ਸੀ, ਇਹ ਤਾਂ ਪਿੱਛੇ ਜੇ ਇਹ ਨਵੀਂ ਪ੍ਰਥਾ ਚੱਲੀ। ਇਹਨਾਂ ਲੋਕਾਂ ਨੇ ਰਜਵਾੜੇ ਸ਼ਾਹੀ ਜਿਹੜੇ ਸੀਗੇ ਅਮਰਿੰਦਰ ਸਿੰਘ ਵਰਗੇ, ਇਹਨਾਂ ਲੋਕਾਂ ਨੇ ਪ੍ਰੈਸ਼ਰ ਪਾਇਆ। ਕਾਂਗਰਸ ਦਿੱਲੀ ਦੇ ਵਿੱਚ ਥੋੜ੍ਹਾ ਵੀਕ ਹੁੰਦੀ, ਵੀਕ ਸੀ, ਸੋ ਇਹ ਪ੍ਰੈਸ਼ਰ ਪਾਉਂਦੇ ਸੀ ਵੀ ਸਾਨੂੰ ਅਨਾਊਂਸ ਕਰੋ ਨਹੀਂ ਤਾਂ ਅਸੀਂ ਭੱਜਦੇ ਹਾਂ ਜੀ। ਹੁਣ ਉਹ ਗੱਲ ਖਤਮ ਹੋ ਗਈ ਹੈ, ਅੱਜ ਕਾਂਗਰਸ ਦੁਬਾਰਾ ਬਲਬੂਤੇ 'ਤੇ ਹੈ, ਪੈਰਾਂ 'ਤੇ ਖੜੀ ਹੈ, ਰਾਹੁਲ ਗਾਂਧੀ ਜੀ ਦੇ ਔਰ ਖੜਗੇ ਸਾਹਿਬ ਦੀ ਉਹਦੇ ਵਿੱਚ, ਔਰ ਆਉਣ ਵਾਲਾ ਕੱਲ੍ਹ ਦਿੱਲੀ 'ਚ ਵੀ ਸਾਡਾ ਹੈ, ਆਉਣ ਵਾਲਾ ਕੱਲ੍ਹ ਪੰਜਾਬ 'ਚ ਵੀ ਸਾਡਾ ਹੈ। ਔਰ ਮੈਨੂੰ ਲੱਗਦਾ ਫੈਸਲਾ ਹੁਣ ਹਿਮਾਚਲ ਦੇ ਵਿੱਚ ਅਸੀਂ ਚੀਫ ਮਿਨਿਸਟਰ ਬਣਾਇਆ ਜੀ, ਅਸੀਂ ਨਹੀਂ ਅਨਾਊਂਸ ਕੀਤਾ ਕਿਹਨੂੰ ਬਣਾਵਾਂਗੇ, ਕਾਂਗਰਸ ਪਾਰਟੀ ਨੇ। ਅਸੀਂ ਕਰਨਾਟਕਾ ਚੀਫ ਮਿਨਿਸਟਰ ਬਣਾਏ, ਨਹੀਂ ਅਨਾਊਂਸ ਕੀਤਾ ਕਿਹਨੂੰ ਬਣਾਵਾਂਗੇ। ਤੇਲੰਗਾਨਾ ਚੀਫ ਮਿਨਿਸਟਰ ਬਣਾਇਆ, ਵੀ ਹੈਵ ਨੋਟ ਅਨਾਊਂਸ ਦੈਟ ਤੇਲੰਗਾਨਾ ਚੀਫ ਮਿਨਿਸਟਰ ਰੇਵੰਤ ਰੈਡੀ ਬਣੇਗਾ, ਉਸ ਤੋਂ ਬਾਅਦ ਬਣਾਏ। ਹੁਣ ਹੁਣ ਇਹ ਬਦਲਤਾ ਸਿਨੈਰੀਓ, ਹੁਣ ਹਰਿਆਣੇ ਚ ਹੋ ਰਹੇ ਨੇ, ਹੁਣ ਹਰਿਆਣੇ ਚ ਹੋ ਰਹੇ ਨੇ। ਹੁਣ ਜਿਹੜਾ ਇਹ ਗੱਲ ਸੀ ਅਗਲਾ ਚੀਫ ਮਿਨਿਸਟਰ ਦਾ ਕੈਂਡੀਡੇਟ ਪਹਿਲਾਂ ਅਨਾਊਂਸ ਕਰੋ, ਆਈ ਡੋਂਟ ਥਿੰਕ ਸੋ ਇਟ ਵਿਲ, ਔਰ ਕਰਨਾ ਵੀ ਨਹੀਂ ਚਾਹੀਦਾ। ਮੁਕਸਰ ਦਾ ਕੋਈ ਅਕਾਲੀ ਲੀਡਰ ਤੁਹਾਡੇ ਸੰਪਰਕ 'ਚ ਹੈ, ਇਹ ਬੜਾ ਰੌਲਾ ਜਿਹਾ ਚੱਲਿਆ ਵੀ। ਤੁਹਾਨੂੰ ਕਿਉਂ ਦੱਸਾਂ, ਤੁਹਾਨੂੰ ਦੱਸੂਗਾ ਜਦੋਂ ਕੋਈ ਜੁਆਇਨਿੰਗ ਹੋਈ ਕਿਸੇ ਵੇਲੇ, ਤਾਂ ਫਿਰ ਤੁਹਾਨੂੰ ਟੀਵੀ 'ਤੇ ਰਤਨ ਨੂੰ ਇਹ ਗੱਲ ਕਰ ਸਕਦਾ ਵੀ ਤੁਹਾਨੂੰ ਆਪਦੇ ਭਰਾ ਨੂੰ ਪਹਿਲਾਂ ਜੁਆਇਨਿੰਗ ਵੇਲੇ ਪਹਿਲਾਂ ਸੱਦ ਲਾਂਗਾ ਜੇ ਹੋਇਆ ਤਾਂ। ਇੱਕ ਜਿਹੜੇ ਲੋਕ ਉਹ ਘਰ ਵਾਪਸੀ ਕਰਦੇ ਉਹਨਾਂ ਨਾਲ ਫਿਰ ਉਹੋ ਜਿਹਾ ਦਿਲ ਮਿਲ ਜਾਂਦਾ, ਉਹੋ ਜਿਹੀ ਗੱਲ ਬਣ ਜਾਂਦੀ ਹੈ ਯਾਰ। ਦਿਲ ਮਿਲਣਾ ਨਾ ਮਿਲਣਾ, ਜਦੋਂ ਘਰੇ ਬੰਦਾ ਆ ਜਾਂਦਾ ਫਿਰ ਉਹਨੂੰ ਪਿਆਰ ਤਾਂ ਕਰਨ ਲੱਗ ਹੀ ਪੈਂਦਾ। ਲੁਧਿਆਣੇ ਦਾ ਸਭ ਤੋਂ ਇੰਪੋਰਟੈਂਟ ਇਸ਼ੂ ਬੁੱਢੇ ਦਰਿਆ ਦਾ, ਉਸ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਕਹਿੰਦੇ ਕੋਈ ਮੋਰਚਾ ਵੀ ਲੱਗਣ ਵਾਲਾ, ਕੱਲ੍ਹ ਕੋਈ ਜਥੇਬੰਦੀ ਗਈ ਸੀ ਉਹਨਾਂ ਨੂੰ ਨਜ਼ਰਬੰਦ ਕਰ ਲਿਆ, ਉੱਥੇ ਤੁਸੀਂ ਜਾ ਰਹੇ ਹੋ ਸ਼ਮੂਲੀਅਤ। ਅਗੇਨ ਆਈ ਫੀਲ ਦੈਟ ਮੋਰਚੇ ਨਾਲ ਇੱਦਾਂ ਨਹੀਂ ਹੈ ਯਾਰ, ਕਈ ਬੰਦੇ ਨਿਊਸੈਂਸ ਮੇਕਰ ਹੁੰਦੇ ਆ। ਤੁਹਾਨੂੰ ਲੱਗਦਾ ਨਹੀਂ ਇਹ ਬਿਆਨ ਨਾਲ ਤੁਹਾਡੇ ਨਾਲ ਵਾਲਿਆਂ ਦੇ ਦਿਲ ਦੁਖਣੇ ਆ ਵੀ ਇੱਦਾਂ ਕਹੀ ਜਾਂਦੇ ਆ ਮੈਂਬਰ ਪਾਰਲੀਮੈਂਟ ਵੀ ਜੇ ਹੁਣ ਲੁਧਿਆਣੇ ਵਾਲੇ ਉੱਥੇ ਇਕੱਠੇ ਹੋਣਗੇ। ਬੁੱਢੇ ਨਾਲੇ ਦਾ ਮਸਲਾ ਇਜ਼ ਅ ਗੰਭੀਰ ਮਸਲਾ, ਇਹਦਾ 100% ਹੱਲ ਹੋਣਾ ਚਾਹੀਦਾ। ਔਰ ਇਹਦਾ ਮੈਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਮੈਨੂੰ ਸਮਾਂ ਨਹੀਂ ਮਿਲਿਆ ਰਤਨ, ਕਿਉਂਕਿ ਸਮਾਂ ਜਿਹੜਾ ਮੈਨੂੰ ਮਿਲਿਆ ਉਹ ਮੈਂ ਮਰਸੀ 'ਤੇ ਸੀਗਾ, ਸਪੀਕਰ ਸਾਹਿਬ ਦੀ ਸੀ, ਅਸੀਂ ਉੱਥੇ ਜਿਹੜਾ
ਟਾਈਮ ਮਿਲਦਾ ਹੈ। ਸਿੱਧੂ ਦਾ ਵੀ ਮਸਲਾ ਚੱਕਿਆ ਨਹੀਂ, ਉਹ ਕਿੱਦਾਂ ਚੱਕਿਆ ਉਹ ਦੱਸ ਦਿਆ। ਕੁਐਸਚਨ ਆਰ ਅਸੀਂ ਜਿਹੜਾ ਪਾਉਣੇ, ਸਵਾਲ ਲੱਗਦਾ ਹੈ ਉਹ 20 ਲੱਗਦੇ ਆ ਸਾਢੇ 500 ਬੰਦੇ ਦੇ ਜੀ, ਪਰ ਲੱਗਦੇ ਡਰਾਅ ਨਾਲ ਹੈ। ਅਸੀਂ ਪਾਏ, ਜੇ ਡਰਾਅ ਨਿਕਲ ਗਿਆ ਤਾਂ ਤੂੰ ਬੋਲ ਸਕਦੇ ਆ, ਤੁਸੀਂ ਨਹੀਂ ਨਹੀਂ ਬੋਲ ਸਕਦੇ ਜੀ। ਏਦਾਂ ਹੀ ਸਾਡਾ 0 ਆਰ ਹੈ ਜਿਹੜਾ ਜੀ, ਉਹ ਵੀ ਅਸੀਂ ਮੁੱਦਾ ਕੰਪਿਊਟਰ ਤੇ ਆਨਲਾਈਨ ਪਾਉਣੇ ਹੈ। ਜੇ ਡਰਾਅ ਸਾਡਾ ਨਿਕਲਿਆ ਤਾਂ ਅਸੀਂ ਆਨਲਾਈਨ ਅਸੀਂ ਬੋਲ ਸਕਦੇ ਹਾਂ, 0 ਆਰ ਨਹੀਂ ਨਹੀਂ ਬੋਲ ਸਕਦੇ। ਸੋ ਜਿਹੜਾ ਪਾਰਟੀ ਦਾ ਟਾਈਮ ਹੁੰਦਾ ਉਹ 100 MP ਹੈ, ਸਾਡੇ ਵਾਲਿਆ ਵੰਡ ਕੇ ਮਿਲਦਾ ਹੈ। ਜਿਹੜਾ ਰਾਹੁਲ ਜੀ ਤੋਂ ਬਾਅਦ ਸਮਾਂ ਬਚ ਜਾਂਦਾ, ਫਿਰ ਉਹ ਸਾਰਿਆਂ ਨੂੰ ਦੂਜਿਆਂ ਨੂੰ ਮਿਲਦਾ ਹੈ LOP ਤੋਂ ਬਾਅਦ। ਜਿਹੜੇ ਕੁਝ ਸਮਾਂ ਬਚ ਜਾਂਦਾ ਕਿ ਘੰਟੇ ਤੋਂ 4 ਮਿੰਟ ਵੱਧ ਗਏ ਤੇ ਹੁਣ ਸਪੀਕਰ 2 ਬੰਦਿਆਂ ਨੂੰ ਬੁਲਾ ਸਕਦਾ 0 ਆਰ ਜੀ, ਕਿਉਂਕਿ 20 ਸਵਾਲ ਹੋ ਗਏ, ਉਦੋਂ ਅਸੀਂ ਮਿੰਨਤ ਕਰ ਲਈਦੀ ਹੈ ਵੀ ਸਪੀਕਰ ਸਾਹਿਬ ਕਿਰਪਾ ਕਰ ਦਿਓ, ਸਾਨੂੰ ਤਾਂ ਸੁੱਚੇ ਮੂੰਹ ਮੁੜਨਾ ਪੈਣਾ, ਇੱਕ ਵੀ ਸਵਾਲ ਨਹੀਂ ਚੱਕ ਸਕੇ, ਲੋਕ ਕੀ ਆਖਣਗੇ। ਕਈ ਵਾਰੀ ਤਾਂ ਫਰਸਟ੍ਰੇਸ਼ਨ ਹੁੰਦੀ ਹੈ, ਸਾਰੀ ਦਿਹਾੜੀ ਤੁਸੀਂ ਬੈਠੇ ਹੋ ਜੀ, ਬੋਲਣ ਦਾ ਤੁਹਾਨੂੰ ਸਮਾਂ ਨਹੀਂ ਮਿਲਿਆ, ਸਵਾਲ ਤੁਹਾਡਾ ਲੱਗਿਆ ਨਹੀਂ। ਮੈਂ ਖੜਾ ਹੋ ਕੇ ਬੋਲਾਂ ਕਿ ਉਹ ਮਾਈਕ ਨਹੀਂ ਆਉਣ ਹੋਣਾ, ਬੋਲ ਵੀ ਦੇਊਂਗਾ ਤਾਂ ਉਹ ਫੋਟੋ ਹੀ ਨਹੀਂ ਆਉਣੀ ਜੀ। ਫਿਰ ਉਹ ਮਰਸੀ 'ਤੇ ਅਸੀਂ ਸਿੱਧੂ ਦਾ ਸਾਹਿਬ ਦਾ ਮਸਲਾ, ਕਿਸਾਨਾਂ ਦੇ ਮਸਲੇ, ਸਾਈਕਲ ਇੰਡਸਟਰੀ ਦੇ ਮਸਲੇ, ਬੁੱਢੇ ਨਾਲੇ 'ਤੇ ਮੈਨੂੰ ਲੱਗਦਾ ਕਿ ਪ੍ਰੋਪਰ ਇੱਕ ਚਰਚਾ ਪਾਰਲੀਮੈਂਟ ਦੇ ਵਿੱਚ ਬਣਦੀ ਹੈ। ਔਰ ਮੈਂ ਟਾਈਮ ਵੀ ਆਲਰੇਡੀ ਅਸੀਂ ਮਨਿਸਟਰ ਤੋਂ ਮੰਗਿਆ ਵੀ ਹੈ, ਅਸੀਂ ਉਹਦੇ 'ਤੇ ਕੰਮ ਕਰ ਰਹੇ ਹਾਂ। ਔਰ ਇਹ ਇੱਦਾਂ ਨਹੀਂ ਹੋਣਾ, ਬਹੁਤ ਸਾਡੇ ਸਾਡੇ ਕਰਨਲ ਸਾਹਿਬ ਉੱਥੇ, ਕਰਨਲ ਲਖਨਪਾਲ ਅਤੇ ਕਰਨਲ ਬਰਾੜ ਹੋਰ ਹੈਗੇ, ਸਾਰੇ ਲੱਗੇ ਵੀ ਹੈ। ਇਹ ਲੋਕ ਗੰਭੀਰ ਹੈਗੇ ਨੇ ਜਿਹੜੇ ਉਹਦੇ ਨਾਲ ਜੁੜੇ ਵੀ ਨੇ, ਕਈ ਤਾਂ ਐਵੇਂ ਆਪਦਾ ਨਾਮੀ ਆਪਦੀ ਗੱਲਬਾਤ ਬਣਾਉਣ ਵਾਸਤੇ ਲੱਗਦੇ ਆ ਨਾ, ਜਦੋਂ ਕੋਈ ਇੱਧਰ ਉੱਧਰ ਦੇਖਦੇ ਰਹਿੰਦੇ ਕਿੱਥੇ ਜਾਣਾ ਹੁਣ ਕਿੱਥੇ ਕੋਈ। ਸੋ ਉਹ ਸੀਰੀਅਸਲੀ ਉਸ ਇਸ਼ੂ 'ਤੇ, ਉਹ ਬੁੱਢਾ ਨਾਲਾ ਦੀ ਇੱਕ ਕਮੇਟੀ ਬਣੀ ਹੈ, ਦੋਜ਼ ਹੂ ਆਰ ਵਰਕਿੰਗ ਵੈਰੀ ਸੀਰੀਅਸਲੀ, ਮੇਰੀ ਕਰਨਲ ਸਾਹਿਬ ਨੇ ਗੱਲ ਵੀ ਕਰਾਈ ਸੀ ਔਰ ਅਸੀਂ ਲੱਗੇ ਹਾਂ। ਔਰ ਮੈਂ ਉਹਦੇ ਵਿੱਚ ਅਸੀਂ ਗੰਭੀਰਤਾ ਦੇ ਨਾਲ ਡਿਪਟੀ ਕਮਿਸ਼ਨਰ ਨਾਲ ਵੀ ਹੁਣ ਨੈਕਸਟ ਵੀਕ ਹੀ ਜਿਹੜੀ ਅਸੀਂ ਉਹ ਮੀਟਿੰਗ ਕਰਕੇ ਸਾਰਿਆਂ ਨੂੰ ਬੁਲਾ ਕੇ ਉਹਦੀ ਲੜਾਈ ਲੜਨੀ ਹੈ ਮੁਕੰਮਲ ਤੌਰ 'ਤੇ। ਬਹੁਤ ਸਾਰੇ ਜਿਹੜੀ ਹੈ ਸੀਵਰੇਜ ਦਾ ਪਾਣੀ ਉਹਦੇ 'ਚ ਪੈ ਰਿਹਾ ਹੈ, ਬਹੁਤ ਸਾਰੇ ਡਾਇੰਗ ਇੰਡਸਟਰੀ ਦਾ ਸਮਾਨ ਪੈ ਰਿਹਾ, ਬਹੁਤ ਸਾਰੇ ਅਦਰ ਜਿਹੜੇ ਮੈਟਲਸ ਨੇ ਉਹ ਉੱਥੇ ਪਾਏ ਜਾ ਰਹੇ ਨੇ ਬੁੱਢੇ ਨਾਲ, ਅਤੇ ਜਿੱਥੇ ਜਿਹੜਾ ਦਾ ਲੱਗਿਆ ਉੱਥੇ ਉਹ ਕੀਤਾ ਜਾ ਰਿਹਾ। ਇਟਸ ਅ ਬਹੁਤ ਗੰਭੀਰ ਇਸ਼ੂ, ਔਰ ਇਸ ਇਸ਼ੂ 'ਤੇ ਆਈ ਥਿੰਕ ਸੈਂਟਰ ਗਵਰਨਮੈਂਟ ਦੀ ਇੰਟਰਵੈਂਸ਼ਨ ਬਹੁਤ ਜ਼ਰੂਰੀ ਹੈਗੀ ਆ, ਸਟੇਟ ਐਂਡ ਸੈਂਟਰ ਬੋਥ, ਐਂਡ ਇਹਦੀ ਗੰਭੀਰਤਾ ਦੇ ਨਾਲ ਲੜਾਈ ਅਸੀਂ ਆਉਣ ਵਾਲੀ ਸੀ। ਮੇਰਾ ਲਾਸਟ ਸਵਾਲ ਆ, ਸਵਾਲ ਪਹਿਲਾਂ ਵਾਲੀ ਆ, ਥੋੜ੍ਹਾ ਜਿਹਾ ਘੁਮਾ ਕੇ ਅਸੀਂ ਚਾਹਾਂਗੇ ਵੀ ਆਂਸਰ ਵੀ ਤੁਸੀਂ ਥੋੜ੍ਹਾ ਜਿਹਾ ਘੁਮਾ ਕੇ ਦਈਏ। ਹਾਂ, ਵੱਖਰਾ ਦੋ, ਤੁਸੀਂ ਸਵਾਲ ਘੁਮਾ ਕੇ ਕੀਤਾ ਤਾਂ ਆਂਸਰ ਵੀ ਘੁਮਾ ਕੇ ਦਈਏ। ਹਾਂ, ਦੱਸੋ ਰਤਨ ਜੀ, ਗਿੱਦੜ ਵਹੇ ਤੋਂ ਕੌਣੀ ਜੀ, ਅੰਮ੍ਰਿਤਾ ਜੀ ਕਿ ਸੋਥਾ ਜੀ? ਰਤਨ ਕੁਛ ਤਾਂ ਦੱਸ ਕੇ ਜਾਓ ਤੁਸੀਂ ਇੱਕਦਮ। ਮੈਂ ਤੁਹਾਡਾ ਉਹ ਵੀਡੀਓ ਦੇਖ ਰਿਹਾ ਸੀ, ਤੁਸੀਂ ਉਹ 'ਚ ਬੋਲਦੇ ਸੀ ਮੈਂ ਤਾਂ ਗਿੱਦੜ ਬਹਿ ਵਾਲਾ ਭਾਈ ਥੋੜ੍ਹਾ ਜਿਹਾ ਨਾਰਾਜ਼ ਹਾਂ ਤੁਸੀਂ। ਸੁਣੋ ਸੁਣੋ ਸੁਣੋ, ਗਿੱਦੜ ਬਹਿ ਵਾਲਾ ਤਾਂ ਕਦੇ ਨਾਰਾਜ਼ ਹੋ ਹੀ ਨਹੀਂ ਸਕਦੇ, ਉਹ ਵੱਢ ਵੀ ਲੈਣ ਪਾਵੇ। ਉਹ ਜਿਹੜੇ ਘਰੇ ਤੁਸੀਂ ਗਏ ਸੀ ਇੱਥੇ ਗਾਣਾ ਚਲਾਇਆ ਵਾ ਸੀ ਤੁਸੀਂ, ਕਿਹਾ ਗਾਣਾ ਵੀ ਬੜੇ ਟਾਈਮ ਬਾਅਦ ਸੁਣਿਆ ਗਿਆ ਇਹ, ਤੇ ਮੈਂ ਥੋੜ੍ਹਾ ਜਿਹਾ ਭਾਈ ਨਾਰਾਜ਼ ਵੀ ਹਾਂ। ਉਹ ਤਾਂ ਇੱਦਾਂ ਮੈਂ ਕਹਿ ਦਿੰਦਾ ਕਿ ਪਿਛਲੇ ਵਾਰੀ ਝਾੜੂ ਨੂੰ ਵੋਟਾਂ ਪਾਤੀਆਂ ਤੁਸੀਂ। ਹਾਂਜੀ, ਮੈਂ ਰਤਨ ਅੱਗੇ ਵੀ ਕਿਹਾ, ਮੈਨੂੰ ਨਾ ਇੰਟਰਸਟਿੰਗ ਮੈਚ ਖੇਡਣ ਦੀ ਆਦਤ ਐਜ਼ ਯੂ ਸੈਡ ਹੌਟ ਸੀਟ, ਤੁਸੀਂ ਸ਼ੁਰੂ ਕਰਦਿਆਂ ਸਾਰ ਵੈਸੇ ਹੀ ਜਿੱਥੇ ਮੈਂ ਹੁੰਦਾ ਉਹ ਹੌਟ ਬਣਾ ਦਿੰਦੇ ਬਾਬੇ ਦੀ ਕਿਰਪਾ ਨਾਲ। ਅਸੀਂ ਹਰਸਿਮਰਤ ਨਾਲ ਲੜੇ ਸੀ ਜਦੋਂ, ਹੌਟ ਬਣੀ ਚਾਹੇ ਜਿੱਤੇ ਅਸੀਂ ਹਾਰੇ, ਹੁਣ ਬਠਿੰਡਾ ਲੜੇ ਹੌਟ ਬਣੀ। ਸੋ ਅਲਟੀਮੇਟਲੀ 4 ਜਗ੍ਹਾ 'ਤੇ ਹੁਣ ਇਲੈਕਸ਼ਨ ਹੈਗੀ ਹੈ, ਤੁਸੀਂ ਆਪ ਕਹੀ ਉਹਨੂੰ ਗਿੱਦੜਬਾ ਹੌਟ ਸੀਟ ਹੈ। ਸੋ ਚਿੰਤਾ ਨਾ ਕਰੋ, ਗਿੱਦੜਬਾ ਨੂੰ ਹੌਟ ਸੀਟ ਹੀ ਰੱਖਾਂਗੇ।
ਐਂਡ ਇੰਟਰਸਟਿੰਗ ਮੈਚ ਜਿੱਥੇ ਹੁੰਦਾ ਹੈ, ਮੈਂ ਅੱਗੇ ਅਕਸਰ ਇਹ 2-4 ਚੈਨਲਾਂ ਦੇਖਿਆ, ਇੰਟਰਸਟਿੰਗ ਮੈਚ ਰਾਜਾ ਵੜਿੰਗ ਕਦੇ ਛੱਡ ਕੇ ਨਹੀਂ ਜਾਂਦਾ। ਆਮ ਮੈਚ ਤਾਂ ਨਹੀਂ ਮੈਂ ਖੇਡਦਾ ਹੁਣ, ਪਰ ਇੰਟਰਸਟਿੰਗ ਜੇ ਮੈਚ ਹੋਣ, ਫਸਟ ਮੇ ਮੁਕਾਬਲੇ ਜਿੱਥੇ ਹੁੰਦੇ ਆ ਜਿਹਨੂੰ ਕਿਹਾ ਜਾਂਦਾ, ਤੇ ਉਹ ਫਿਰ ਉਹ ਕਦੇ ਨਹੀਂ ਛੱਡਦਾ। ਡੋਂਟ ਵਰੀ, ਰਤਨ ਚੱਲੇਗਾ ਗਿੱਦੜਬਾਹ ਚ, ਐਂਡ ਰਤਨ ਗਿੱਦੜਬਾਹ ਦੀਆਂ ਸਟੋਰੀਆਂ ਪੂਰੇ ਦੇਸ਼ ਦੇ ਦੁਨੀਆਂ ਦੇ ਲੋਕਾਂ ਨੂੰ ਦਿਖਾਏਗਾ। ਐਂਡ ਗਿੱਦੜਬਾਹ ਚ ਰਤਨ ਦੇ ਮੂੰਹ ਚੋਂ ਇਹ ਸੁਣਿਆ ਜਾਏਗਾ ਕਿ ਗਿੱਦੜਬਾਹ ਹੌਟ ਸੀਟ ਤੋਂ ਹੁਣ ਮੈਂ ਹਾਂ ਤੁਹਾਡਾ ਆਪਣਾ ਰਤਨ, ਤੇ ਤੁਹਾਨੂੰ ਦੱਸਣਾ ਚਾਹੁੰਦਾ ਜਾਣਕਾਰੀ। ਚਲੋ ਜੀ, ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ ਜੀ। ਥੈਂਕ ਯੂ ਜੀ। ਸੋ ਇਹ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ। ਅੱਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਰਾਜਨੀਤਿਕ ਆਗੂ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਕੁਝ ਵੱਖਰਾ ਸੁਣਨ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ।